ਦੀਵਾਨਾ ਰੇਡੀਓ ਦੇ ਸਤਿਕਾਰ ਸਰੋਤਿਆਂ ਦਾ ਸਵਾਗਤ। ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਦੀਵਾਨਾ, ਅਤੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 to 9 ਅਤੇ ਸ਼ਾਮੀ 7:30 to 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਮੁਲਾਕਾਤ ਹੋ ਰਹੀ ਹੈ ਡਾਕਟਰ ਬਲਵਿੰਦਰ ਸਿੰਘ, ਇਕਨੋਮਿਕਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੇਵਾ ਮੁਕਤ ਨੇ, ਡੀਨ ਵਿਦਿਆਰਥੀ ਭਲਾਈ ਜਾਂ ਹੋਰ ਵੱਖ ਵੱਖ ਅਹੁਦਿਆਂ ਤੋਂ ਐਗਜ਼ਾਮੀਨੇਸ਼ਨ ਵੱਖ ਵੱਖ ਅਹੁਦਿਆਂ ਤੋਂ ਕੰਮ ਕਰਦੇ ਰਹੇ ਨੇ, ਲੇਖਕ ਨੇ, ਅਰਥ ਸ਼ਾਸਤਰ ਖਾਸ ਕਰਕੇ ਪੰਜਾਬ ਦੀ ਆਰਥਿਕਤਾ, ਪੰਜਾਬ ਦੇ ਮਸਾਇਲ ਨਾਲ ਜੁੜੀ ਉੱਘੀ ਸ਼ਖਸੀਅਤ ਡਾਕਟਰ ਬਲਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੇ ਨਾਲ ਜੁੜੇ ਨੇ। ਡਾਕਟਰ ਸਾਹਿਬ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਸ਼ੁਕਰੀਆ। ਮਿਹਰਬਾਨੀ ਡਾਕਟਰ ਸਾਹਿਬ, ਮਿਹਰਬਾਨੀ। ਅਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿਸਾਨ ਅੰਦੋਲਨ ਨੂੰ ਲੈ ਕੇ ਐਤਵਾਰ ਨੂੰ ਸ਼ੁਭਕਰਨ ਸਿੰਘ ਹੋਰਾਂ ਦੀ ਅਰਦਾਸ ਸੀ, ਜਿਹੜੇ ਪਿਛਲੇ ਦਿਨੀ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਗਏ ਸਨ, ਅਤੇ ਉਹਨਾਂ ਦਾ ਦਿਨ ਮਨਾਇਆ ਗਿਆ, ਕਿਸਾਨੀ ਅੰਦੋਲਨ ਦਾ ਜਿਹੜਾ ਭਾਗ 2 ਸੀ ਉਸ 'ਤੇ ਸ਼ਹੀਦ ਐਲਾਨੇ ਗਏ ਨੇ। ਸਰਕਾਰ ਵੱਲੋਂ ਵੀ ਭਰਵੀਂ ਸਹਾਇਤਾ ਦਿੱਤੀ ਗਈ ਹੈ ਜਿੰਨਾ ਕੁ ਸਰਕਾਰ ਦਾ ਵਿੱਤ ਹੁੰਦਾ ਹੈ। ਇਸ ਦੌਰਾਨ ਵੱਡਾ ਇਕੱਠ ਪਿੰਡ ਬੱਲੋ ਦੇ ਵਿੱਚ ਐਤਵਾਰ ਨੂੰ ਹੋਇਆ, ਜਿਸ ਤੋਂ ਬਾਅਦ ਜਿਸ ਧੜੇ ਨਾਲ ਉਹ ਸਿੱਧੂ ਪਰ ਧੜੇ ਨਾਲ ਸੰਬੰਧ ਸੀ, ਉਸੇ ਧੜੇ ਵੱਲੋਂ ਸਾਜਿਕਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਇਹਨਾਂ ਦੀ ਇਹ ਜਿਹੜੀ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਉਹ ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਐਲਾਨਦੇ ਨੇ। ਇਸ ਰਣਨੀਤੀ ਦਾ ਥੋੜ੍ਹਾ ਜਿਹਾ ਜ਼ਿਕਰ ਕਰੀਏ, ਅਤੇ ਇਸ ਦੌਰਾਨ ਹੋਈ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਜਾਂ ਸ਼ੰਭੂ ਜਾਂ ਖਨੌਰੀ ਬਾਰਡਰ 'ਤੇ ਬੈਠੀਆਂ ਸਾਰੀਆਂ ਧਿਰਾਂ ਨੇ 6 ਮਾਰਚ ਨੂੰ ਦਿੱਲੀ ਜਾਣ ਦਾ ਐਲਾਨ ਕਰ ਦਿੱਤਾ ਹੈ, ਅਤੇ 10 ਨੂੰ ਟ੍ਰੇਨਾਂ ਰੋਕਣ ਦਾ ਐਲਾਨ ਕਰ ਦਿੱਤਾ ਕਿ ਦੂਸਰੇ ਬੰਨੇ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਦੇਸ਼ ਭਰ ਤੋਂ ਕਿਸਾਨ ਆਉਣਗੇ, ਉਹ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਹੀ ਬੈਠਣਗੇ। ਪਰ ਇਸ ਦੇ ਨਾਲ ਨਾਲ ਜੇ ਥੋੜ੍ਹਾ ਜਿਹਾ ਮੈਂ ਖਬਰ ਦੀ ਤਫਸੀਲ 'ਚ ਜਾਵਾਂ, ਅਤੇ ਫਿਰ ਉਹਨਾਂ ਨੇ ਆਖਿਆ ਕਿ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਅੰਦੋਲਨ ਕਰ ਰਹੇ ਕਿਸਾਨ 6 ਮਾਰਚ ਨੂੰ ਦਿੱਲੀ ਕੂਚ ਕਰਨਗੇ, 10 ਮਾਰਚ ਦੁਪਹਿਰੇ 12 to 4 ਤੱਕ ਦੇਸ਼ ਭਰ ਦੇ ਵਿੱਚ ਉਹ ਟ੍ਰੇਨਾਂ ਰੋਕਣਗੇ। ਅਤੇ ਇਸ ਦੌਰਾਨ ਬਠਿੰਡਾ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਸ਼ੁਭਕਰਨ ਦੀ ਅਰਦਾਸ ਤੋਂ ਬਾਅਦ ਇਹ ਐਲਾਨ ਇਸ ਧਿਰ ਵੱਲੋਂ ਕੀਤਾ ਗਿਆ। ਉਹਨਾਂ ਆਖਿਆ ਕਿ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਖਨੌਰੀ ਸ਼ੰਭੂ ਬਾਰਡਰ 'ਤੇ ਹੀ ਅੰਦੋਲਨ ਚਲਾਉਣਗੇ, ਜਦੋਂ ਕਿ ਦੇਸ਼ ਦੇ ਬਾਕੀ ਹਿੱਸਿਆਂ ਦੇ ਕਿਸਾਨ ਉਸ ਦਿਨ ਦਿੱਲੀ ਪਹੁੰਚਣਗੇ 6 ਮਾਰਚ ਨੂੰ। ਜਿਸ ਤਰ੍ਹਾਂ ਦੂਸਰਿਆਂ ਨੇ 14 ਮਾਰਚ ਨੂੰ, ਜਿਹੜਾ ਐਸ ਕੇ ਐਮ ਦਾ ਧੜਾ, ਉਹਨਾਂ ਨੇ 14 ਮਾਰਚ ਨੂੰ ਦਿੱਲੀ ਪਹੁੰਚਣ ਦਾ ਐਲਾਨ ਕੀਤਾ ਹੋਇਆ ਆਪਣੀ ਮਹਾਂਪੰਚਾਇਤ ਦੇ ਵਾਸਤੇ, ਅਤੇ ਇਹਨਾਂ ਨੇ ਉਸ ਤੋਂ ਪਹਿਲਾਂ 6 ਮਾਰਚ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ, 10 ਮਾਰਚ ਨੂੰ 12 to 4 ਤੱਕ ਦੇਸ਼ ਭਰ ਦੇ ਵਿੱਚ ਟ੍ਰੇਨਾਂ ਰੋਕਣ ਦਾ ਐਲਾਨ ਕੀਤਾ। ਅਤੇ ਇਸ ਸਿਲਸਿਲੇ ਦੇ ਵਿੱਚ ਸਰਵਣ ਪੰਧੇਰ ਹੋਣਾ ਨੇ ਆਖਿਆ ਕਿ 6 ਮਾਰਚ ਨੂੰ ਹਰਿਆਣਾ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਦੇਸ਼ ਦੇ ਕਿਸਾਨ ਆਪਣੇ ਆਪਣੇ ਤਰੀਕੇ ਨਾਲ ਦਿੱਲੀ ਪਹੁੰਚਣਗੇ, ਪਰ ਸ਼ੰਭੂ ਅਤੇ ਖਨੌਰੀ ਵਾਲੇ ਕਿਸਾਨ ਦਿੱਲੀ ਨਹੀਂ ਜਾਣਗੇ। ਅਤੇ ਇਸ ਸੰਬੰਧੀ ਕਿਸਾਨ ਟ੍ਰੇਨ ਦੇ ਰਾਹੀਂ, ਬੱਸ ਦੇ ਰਾਹੀਂ ਜਾਂ ਕਿਸੇ ਹੋਰ ਤਰੀਕੇ ਰਾਹੀਂ ਪਹੁੰਚ ਸਕਦੇ ਨੇ। ਦਿੱਲੀ ਜਾ ਰਹੇ ਕਿਸਾਨ ਬਿਹਾਰ, ਕਰਨਾਟਕਾ ਜਾਂ ਹੋਰ ਥਾਵਾਂ ਤੋਂ ਅਗਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਉੱਥੋਂ ਹੀ ਮੋਰਚਾ ਚੱਲਦਾ ਰਹੇਗਾ। 6 ਮਾਰਚ ਦੇ ਕੂਚ ਤੋਂ ਸਾਫ਼ ਹੋ ਜਾਏਗਾ ਕਿ ਸਰਕਾਰ ਕਿਸਾਨਾਂ ਨੂੰ ਕੀ ਬਿਨਾਂ ਟਰੈਕਟਰ ਟਰਾਲੀ ਤੋਂ ਦਿੱਲੀ ਜਾਣ ਦੇਣਾ ਚਾਹੁੰਦੀ ਆ ਜਾਂ ਨਹੀਂ, ਕਿਉਂਕਿ ਹਾਈਕੋਰਟ ਨੇ ਤਰਕ ਦਿੱਤਾ ਸੀ ਕਿ ਆਪਣਾ ਸੰਦ ਸੰਦੇੜਾ ਲੈ ਕੇ ਨਾ ਜਾਓ, ਤੁਸੀਂ ਦਿੱਲੀ ਜਾਓ, ਵੈਸੇ ਧਰਨੇ 'ਤੇ ਜਾਓ ਜਿਸ ਤਰ੍ਹਾਂ ਆਮ ਲੋਕ ਜਾਂਦੇ ਨੇ। ਪੰਧੇਰ ਨੇ ਆਖਿਆ ਕਿ ਅੱਜ ਤੱਕ ਦਾ ਇਤਿਹਾਸ ਹੈ ਕਿ ਕਦੇ ਅੰਦੋਲਨ 'ਚ ਡਰੋਨ ਦਾ ਇਸਤੇਮਾਲ ਨਹੀਂ ਸੀ ਹੋਇਆ, ਜਿਹੜਾ ਹੋਇਆ ਬਹੁਤ ਗੈਰ ਮਨੁੱਖੀ ਹੋਇਆ, ਗੱਲਾਂ ਉਹਨਾਂ ਦੀਆਂ ਵੀ ਜਾਇਜ਼ ਨੇ। ਇਸ ਸਿਲਸਿਲੇ ਵਿੱਚ ਹੁਣ ਇਹਨਾਂ ਦੋਨੇ ਧਿਰਾਂ ਦਾ ਜੇ ਆਪਣਾ ਡਾਕਟਰ ਬਲਵਿੰਦਰ ਸਿੰਘ ਜੀ ਪੱਖ ਵੇਖਿਆ ਜਾਵੇ, ਜਿਸ ਤਰ੍ਹਾਂ ਕੱਲ੍ਹ ਲੁਧਿਆਣਾ ਦੇ ਵਿੱਚ ਐਸ ਕੇ ਐਮ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਕਿ
ਪੰਜਾਬ ਦੀਆਂ 37 ਅਤੇ ਦੇਸ਼ ਦੀਆਂ  450 ਤੋਂ ਵੱਧ ਜਥੇਬੰਦੀਆਂ 14 ਮਾਰਚ ਨੂੰ ਰਾਮਲੀਲਾ ਗਰਾਊਂਡ ਦਿੱਲੀ ਪਹੁੰਚਣਗੀਆਂ, ਜਿੱਥੇ ਉਹ ਮਹਾਂਪੰਚਾਇਤ ਕਰਨਗੇ। ਉਹ ਵੀ ਆਪਣੇ ਰਵਾਇਤੀ ਟਰੈਕਟਰ ਟਰਾਲੀਆਂ ਤੋਂ ਬਿਨਾਂ ਹੋਰ ਰਵਾਇਤੀ ਸਾਧਨਾਂ ਦੇ ਰਾਹੀਂ ਹੀ ਉੱਥੇ ਜਾਣਗੇ 14 ਤਰੀਕ ਨੂੰ। ਪਰ ਉਸ ਤੋਂ ਪਹਿਲਾਂ ਹੁਣ ਸਰਵਣ ਪੰਧੇਰ ਅਤੇ ਡੱਲੇਵਾਲ ਧੜੇ ਨੇ 6 ਤਰੀਕ ਨੂੰ ਦਿੱਲੀ ਕੂਚ ਦਾ ਸੱਦਾ ਦੇ ਦਿੱਤਾ ਹੈ। ਗੱਠਜੋੜ ਇਹਨਾਂ ਦੇ ਵਿੱਚ ਆਪਸੀ ਨਹੀਂ ਹੋਣ ਦੀ ਉਮੀਦ ਬਿਲਕੁਲ ਤਕਰੀਬਨ ਖਤਮ ਹੈ, ਕਿਉਂਕਿ ਕੱਲ੍ਹ ਐਸ ਕੇ ਐਮ ਵਾਲੀ ਧਿਰ ਨੇ ਲੁਧਿਆਣਾ ਦੇ ਵਿੱਚ ਐਲਾਨ ਕਰ ਦਿੱਤਾ ਵੱਖਰੇ ਤੌਰ 'ਤੇ ਜਾਣ ਦਾ, ਅਤੇ ਅੱਜ ਸ਼ੁਭ ਕਰਨ ਦੇ ਭੋਗ ਤੋਂ ਬਾਅਦ ਇਸ ਧਿਰ ਨੇ ਜੋ ਸ਼ੰਭੂ ਅਤੇ ਖਨੌਰੀ ਬੈਠੀ ਹੈ ਡੱਲੇਵਾਲ ਅਤੇ ਪੰਧੇਰ ਸਾਹਿਬ ਹੋਰਾਂ ਦੀ, ਇਹਨਾਂ ਨੇ 6 ਮਾਰਚ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਇਹ ਅਲੱਗ ਅਲੱਗ ਰਸਤੇ ਪਹਿਲਾਂ ਵੀ ਅੰਦੋਲਨਾਂ 'ਚ ਰਹੇ ਨੇ, ਕੀ ਵੇਖਦੇ ਹੋ ਇਸ ਸਾਰੇ ਸਮੀਕਰਨ ਨੂੰ ਜੋ ਬਣ ਰਹੇ ਨੇ? ਜੀ ਡਾਕਟਰ ਬਲਵਿੰਦਰ ਜੀ, ਪਹਿਲਾਂ ਤਾਂ ਚਲੋ ਇੱਕ ਜਿਹੜਾ ਬੇਟਾ ਕਿਸੇ ਮਾਪਿਆਂ ਦਾ ਸ਼ੁਭ ਕਰਨ ਗਿਆ ਹੈ ਨਾ ਜੀ, ਉਹਦੀ ਸ਼ਹਾਦਤ ਹੋਈ ਹੈ ਜੀ, ਪੰਜਾਬ ਸਰਕਾਰ ਨੂੰ ਸ਼ਹੀਦ ਐਲਾਨਿਆ ਤੇ ਉਹਨੂੰ ਸ਼ਰਧਾਂਜਲੀ ਆਪਾਂ ਭੇਟ ਕਰਦੇ ਹਾਂ। ਅੱਜ ਉਹਦਾ ਸੰਸਕਾਰ ਸੀਗਾ, ਭੋਗ ਸੀ ਉਹਦਾ ਜੀ। ਸੋ ਇਸ ਲਈ ਦੂਜੀ ਗੱਲ ਇਹ ਹੈ ਕਿ ਜਿਹੜੇ ਕਿਸਾਨ ਮਸਲੇ ਹੈ ਜੀ, MSP ਦਾ ਮਸਲਾ, ਬਿਜਲੀ ਦਾ, ਬਿਜਲੀ ਬਿੱਲ ਦਾ ਮਸਲਾ, ਪਰਾਲੀ ਦਾ ਮਸਲਾ, ਲਖੀਮਪੁਰ ਖੇਰੀ ਦਾ ਜਿਹੜਾ ਅਜੇ ਮਿਸ਼ਰਾ ਟਹਿਣੀਆਂ ਨੂੰ ਟਿਕਟ ਦੇ ਦਿੱਤੀ BJP ਨੇ, ਉਹਦੇ ਮੁੰਡੇ ਦਾ, ਉਹਨੂੰ ਸਾਰਿਆਂ ਦਾ ਮਸਲਾ, ਇਹ ਮਸਲੇ ਜਿਹੜੇ ਖੜੇ ਆ ਹੁਣ ਇਸ ਤਰ੍ਹਾਂ ਲੱਗਣ ਲੱਗ ਗਿਆ ਕਿ ਜਿਹੜੀ SKM ਹੈ, ਜਦੋਂ ਦੇਖੋ ਜਥੇਬੰਦੀਆਂ ਨੇ ਜੇ ਆਪਾਂ ਇਹਨੂੰ ਥੋੜਾ ਜਿਹਾ ਜਥੇਬੰਦਕ ਤੌਰ ਤੇ ਜਿਵੇਂ ਜਥੇਬੰਦੀਆਂ ਚੱਲਦੀਆਂ ਜਾਂ ਕੋਈ ਪੋਲੀਟੀਕਲ ਪਾਰਟੀਆਂ ਵੀ ਚੱਲਦੀਆਂ ਜਾਂ ਜਿਹੜੀਆਂ ਜਥੇਬੰਦੀਆਂ ਚੱਲਦੀਆਂ, ਵੈਸੇ ਹਰੇਕ ਜਥੇਬੰਦੀ ਦਾ ਆਪਣਾ ਆਪਣਾ ਇੱਕ ਜਥੇਬੰਦਕ ਢਾਂਚਾ, ਉਹਦੇ ਆਪਣੇ ਨਿਰਣੇ ਲੈਣ ਦਾ ਇੱਕ ਤਰੀਕਾ, ਉਹਦੇ ਤੋਂ ਬਾਅਦ ਫਿਰ ਜੇ ਕਿਸੇ ਹੋਰ ਨੂੰ ਨਾਲ ਲੈਣਾ ਹੋਵੇ ਤੁਸੀਂ ਧੱਕੇ ਨਾਲ ਤਾਂ ਕਿਸੇ ਨੂੰ ਨਹੀਂ ਲੈ ਸਕਦੇ, ਨਾਲ ਉਹਨੂੰ ਮਨਾਉਣਾ ਪੈਂਦਾ, ਉਹਨਾਂ ਨਾਲ ਗੱਲ ਕਰਨੀ ਪੈਂਦੀ ਹੈ ਤੇ ਉਹਨਾਂ ਨੂੰ ਡਿਸਕਸ ਕਰਕੇ ਤੁਸੀਂ ਕਰਾ ਸਕ ਲੈ ਸਕਦੇ ਹੋ ਤੇ ਜਾਣਾ ਚਾਹੁਣ ਅਗਲੇ ਤੇ ਜਾ ਸਕਦੇ। ਤੇ ਪਿਛਲੇ ਜਿਹੜਾ SKM ਦੀ ਜਿਹੜੀ ਮੋਰਚਾ ਦਿੱਲੀ ਰਿਹਾ ਉਹਦੇ ਚ ਕਾਫੀ ਜਿਹੜੀ ਮੈਚਿਓਰਿਟੀ ਹੈ SKM ਦੀ ਉਹ ਸਾਹਮਣੇ ਆਈ ਹੈ, ਤੇ ਉਸੇ ਮੈਚਿਓਰਿਟੀ ਦੇ ਚੱਲਦੇ ਉਹ ਜਿਹੜਾ ਮੋਰਚਾ ਸੀ ਉਹ ਸਫਲ ਹੋਇਆ, ਇਸ ਕਰਕੇ ਕਿ 3 ਜਿਹੜੇ ਕਾਨੂੰਨ ਹੈ ਉਹ ਵਾਪਸ ਹੋ ਕੇ ਹੀ ਉੱਥੋਂ ਵਾਪਸ ਆਏ ਸੀਗੇ ਮੁੜ ਕੇ, ਜਦੋਂ 3 ਖੇਤੀ ਕਾਨੂੰਨ ਜਿਹੜੇ ਸੀ ਮਾਰੂ ਉਹ ਵਾਪਸ ਲੈ ਲਏ ਸੀ। ਹੁਣ ਜਿਹੜੀਆਂ ਜਥੇਬੰਦੀਆਂ ਨੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਇਹ ਗੱਲ ਆ ਕੇ ਲੱਗ ਗਈ ਕਿ ਦਿੱਲੀ ਕੂਚ ਦਾ ਨਾਰਾ ਉਹਨਾਂ ਨੇ ਦਿੱਤਾ ਸੀ ਕਿ ਆਪਾਂ ਦਿੱਲੀ ਕੂਚ ਕਰਨਾ, ਉਹ ਜਥੇਬੰਦੀਆਂ ਦੀ ਜ਼ਿੰਮੇਵਾਰੀ ਵੱਡੀ ਹੈ ਕਿ ਉਹਨਾਂ ਨੇ ਦਿੱਲੀ ਕੂਚ ਦਾ ਨਾਰਾ ਦਿੱਤਾ ਤੇ ਇੱਥੇ ਆ ਕੇ ਉਹ ਜਿਹੜੀ ਸਰਕਾਰ ਹੈ BJP ਦੀ, ਉਹਨਾਂ ਨੇ ਉਹਨੂੰ ਵੱਡੇ ਪੱਧਰ ਤੇ ਇਸ ਤਰ੍ਹਾਂ ਦਾ ਬਾਰਡਰ ਬਣਾ ਲਿਆ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ, ਤੇ ਉਹਦੇ ਤਾਂ ਅੱਗੇ ਜਿਹੜਾ ਸਿੰਘੂ ਤੇ ਟਿੱਕਰੀ ਬਾਰਡਰ ਸੀ ਉਹ ਵੀ ਉਹਨਾਂ ਨੇ ਬਣਾ ਲਿਆ ਸੀ, ਜਿਹੜਾ ਕਿ ਹੁਣ ਕਾਫੀ ਹੱਦ ਤੱਕ ਹਟਾ ਦਿੱਤਾ ਗਿਆ। ਤੇ ਜੋ ਘਟਨਾ ਕ੍ਰਮ ਹੋਇਆ, ਜਿਹੜੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਤੇ ਜਿਹਨਾਂ ਜਥੇਬੰਦੀਆਂ ਨੇ ਮੋਬਲਾਈਜੇਸ਼ਨ ਕੀਤੀ ਤੇ ਇੱਥੇ ਤੱਕ ਆਏ, ਪ੍ਰਾਇਮਰੀ ਜ਼ਿੰਮੇਵਾਰੀ ਜੋ ਕੁਛ ਹੋ ਰਿਹਾ ਉਹਨਾਂ ਦੀ ਹੈ, ਕਿਉਂਕਿ SKM ਨੇ ਇਹ ਕੋਈ ਪ੍ਰੋਗਰਾਮ ਆਪਣਾ ਦਿੱਤੇ ਹੀ ਨਹੀਂ ਇਹਨਾਂ ਦੇ ਨਾਲ, ਤੇ ਹੁਣ ਇਲਜ਼ਾਮ ਤਰਾਸ਼ੀ, ਕਾਊਂਟਰ ਇਲਜ਼ਾਮ ਤਰਾਸ਼ੀ ਕਰਨੀ ਵੀ ਤੁਸੀਂ ਹੁਣ ਆ ਜਾਓ ਜੀ, ਅਸੀਂ ਉਹਨਾਂ ਨੂੰ ਬੁਲਾਇਆ ਸੀ ਉਹਨਾਂ ਨੂੰ ਨਹੀਂ ਬੁਲਾਇਆ ਸੀ, ਉਹ ਫੈਸਲੇ ਜਦੋਂ ਹੋ ਗਏ ਕਿ ਉਹਨਾਂ ਨੇ ਉਹ ਫੈਸਲਾ ਨਹੀਂ ਕੀਤਾ ਸੀ ਕਿ ਅਸੀਂ ਜਾਣਾ, ਤੇ ਇਹਨਾਂ ਨੇ ਕੀਤਾ ਸੀ ਅਸੀਂ ਜਾਣਾ,
ਸੋ ਜਿਹਦਾ ਫੈਸਲਾ ਉਹ ਫੈਸਲਾ ਠੀਕ ਹੈ ਜਾਂ ਗਲਤ ਹੈ ਜਾਂ ਉਹਨੂੰ ਕਿਸ ਪਾਸੇ ਲੈ ਕੇ ਜਾਊਗਾ ਉਹਦੀ ਜ਼ਿੰਮੇਵਾਰੀ ਹੈ ਉਸ ਫੈਸਲੇ ਤੇ ਨਿਭਣਾ ਜਾਂ ਲੋਕਾਂ ਨੂੰ ਲੀਡ ਕਰਨਾ। ਇਹ ਤਾਂ ਇੱਕ ਗੱਲ ਹੈ ਜੀ। ਤੇ ਦੂਜੀ ਗੱਲ ਇਹ ਲੱਗਣ ਲੱਗ ਗਈ ਕਿ ਜਿਹੜੀ ਬੀਜੇਪੀ ਇਹ ਚਾਹੁੰਦੀ ਸੀ, ਜਿਹੜੀ ਉਹਦੀ ਇਹ ਖਾਹਿਸ਼ ਹੈ, ਆਉਣ ਵਾਲੇ ਸਮੇਂ ਚ ਮੈਨੂੰ ਲੱਗਦਾ ਹੋਰ ਇਹ ਸਾਹਮਣੇ ਆਊ ਕਿ ਕਿਸਾਨ ਜਥੇਬੰਦੀਆਂ ਨੇ ਆਪਸ ਵਿੱਚ ਲੜਾ ਦੋ, ਆਪਸ ਵਿੱਚ ਉਹਨਾਂ ਨੂੰ ਡਿਸਕ੍ਰੈਡਿਟ, ਮਤਲਬ ਇੱਕ ਕਿਸਾਨ ਜਥੇਬੰਦੀਆਂ ਨੂੰ ਡਿਸਕ੍ਰੈਡਿਟ ਕਰ ਦਿਓ ਲੋਕ, ਹੈ ਜੀ। ਉਹ ਮੇਰਾ ਖਿਆਲ ਕਾਫੀ ਹੱਦ ਤੱਕ ਜਿਹੜੀ ਮੈਚਿਓਰਿਟੀ ਹੈ ਕਿਸਾਨ ਲੀਡਰਸ਼ਿਪ ਦੀ, ਖਾਸ ਤੌਰ ਤੇ ਜਿਹੜੀ ਖਨੌਰੀ ਇੱਥੇ ਖਨੌਰੀ ਦੇ ਇੱਥੇ ਦੇ ਬਾਰਡਰ ਤੇ ਬੈਠੀ ਹੈ, ਉਹ ਉਸ ਪਾਸੇ ਨੂੰ ਲੈ ਕੇ ਜਾ ਰਹੀ ਹੈ ਇਹ ਮੈਚਿਓਰਿਟੀ। ਤੇ ਅੱਜ ਚਲੋ ਪਹਿਲਾਂ ਸੀ ਕਿ ਆਪਾਂ 29 ਨੂੰ ਜਾਣਾ, ਫਿਰ ਆਪਾਂ ਹੁਣ ਭੋਗ ਤੋਂ ਬਾਅਦ ਕਰਾਂਗੇ, ਪਹਿਲਾਂ ਵੀ ਟਲਦਾ ਰਿਹਾ ਇਹ, ਹੁਣ ਆਪਾਂ ਸਭ ਨੂੰ ਪਤਾ ਕਿ ਸਰਕਾਰ ਹੁਣ ਕੋਈ ਹੈ ਨੀ ਪ੍ਰੈਕਟੀ, ਇਹ ਠੀਕ ਹੈ ਜਿਹੜਾ ਕੈਬਨਿਟ ਹੈਗੀ ਹੈ ਕੇਂਦਰ ਦੀ ਉਹ ਹੈ, ਸਾਰਾ ਕੁਛ ਹੈਗਾ, ਲੇਕਿਨ ਪਾਰਲੀਮੈਂਟ ਸੈਸ਼ਨ ਤਾਂ ਹੁਣ ਹੋਣਾ ਨੀ, ਹੁਣ ਤਾਂ 5-7 ਦਿਨਾਂ ਨੂੰ, ਜਿਹੜਾ 10-12 ਤਰੀਕ ਕਰ ਦਿਓ ਜਨ ਨੂੰ ਕੋਡ ਆਫ ਕੰਡਕਟ ਲੱਗ ਜਾਣਾ, ਜਦੋਂ ਕੋਡ ਆਫ ਕੰਡਕਟ ਲੱਗਿਆ ਫਿਰ ਕੁਛ ਹੋਣਾ ਨੀ। ਕੀ ਜਿਹੜੀ ਸਰਕਾਰ ਹੈ ਖਾਸ ਤੌਰ ਤੇ ਕੇਂਦਰ ਦੀ ਮੋਦੀ ਗਵਰਨਮੈਂਟ, ਕੀ ਉਹ ਆਰਡੀਨੈਂਸ ਪਾਸ ਕਰੂਗੀ? ਕੈਬਨਿਟ ਇੱਕ ਕੰਮ ਕਰ ਸਕਦੀ ਹੈ, ਇਹ ਕੈਬਨਿਟ ਆਰਡੀਨੈਂਸ ਲਿਆ ਸਕਦੀ ਹੈ ਕਿ ਜਿਹੜੇ 3 ਮਾਰੂ ਕਾਨੂੰਨ ਆਏ ਸੀ ਉਹਨਾਂ ਦਾ ਆਰਡੀਨੈਂਸ ਹੀ ਆਇਆ ਸੀ 5 ਜੂਨ 2020 ਨੂੰ, ਹੈ ਨਾ ਜੀ, ਪਾਰਲੀਮੈਂਟ ਚ ਤਾਂ ਬਾਅਦ ਚ ਪਾਸ ਹੋਏ। ਕੀ ਉਸ ਤਰ੍ਹਾਂ ਦਾ, ਇਹ ਠੀਕ ਹੈ ਇਹ ਸਰਕਾਰ ਹੋਵੇ ਆਰਡੀਨੈਂਸ ਲਿਆਵੇ ਤੇ ਅਗਲੀ ਸਰਕਾਰ ਦੇਖ ਲਵੇ ਵੀ ਹਾਂ ਉਹਨੂੰ ਕਰਨਾ, ਜੇ ਤਾਂ ਮੋਦੀ ਗਵਰਨਮੈਂਟ ਦੀ ਸਰਕਾਰ ਆਉਂਦੀ ਹੈ ਫਿਰ ਤਾਂ ਇਹਨਾਂ ਦੀ ਜ਼ਿੰਮੇਵਾਰੀ ਹੈ ਪਾਸ ਕਰਾਉਣਾ, ਜੇ ਦੂਜਿਆਂ ਦੀ ਆਉਂਦੀ ਹੈ ਫਿਰ ਉਹ ਪਹਿਲਾਂ ਕਹਿ ਰਹੇ ਹੈ ਕਿ ਰਾਹੁਲ ਗਾਂਧੀ ਵੀ ਅਸੀਂ ਤਾਂ MSP ਦੀ ਗਰੰਟੀ ਦਿੰਦੇ ਹਾਂ, ਫਿਰ ਉਹ ਪਾਸ ਕਰਾ ਲੈਣਗੇ, ਆਰਡੀਨੈਂਸ ਕਰ ਦਿਓ ਜੇ ਸਰਕਾਰ। ਹੁਣ ਰੌਲਾ ਹੈਗਾ ਕਿ ਜਿਹੜੀ MSP ਹੈ ਉਹਦੇ ਬਾਰੇ ਚ, ਜਿਹੜਾ ਪਹਿਲਾਂ ਵੀ ਇੱਕ ਆਹ ਚੱਲਿਆ ਸਪੈਸ਼ਲੀ ਮੀਟਿੰਗ ਚ, ਜਿਹ ਚ ਕਹਿਤਾ ਵੀ 5 ਜਿਹੜੀਆਂ ਫਸਲਾਂ ਨੇ ਉਹਦੇ ਤੇ MSP ਦਾ ਸਮਝੌਤਾ ਕਰਾ ਦਿੰਦੇ ਹਾਂ ਜੀ, ਹੈ ਜੀ, ਸਮਝੌਤਾ ਹੀ ਸੀਗਾ ਨਾ ਵੀ ਕੰਟਰੈਕਟ ਕਰਾ ਦਿੰਦੇ ਹਾਂ, ਐਗਰੀਮੈਂਟ ਕਰ ਲੈਂਦੀਆਂ ਕਿਸੇ ਜਿਹੜੀਆਂ ਏਜੰਸੀਆਂ ਨੇ ਉਹਨਾਂ ਨਾਲ 5 ਸਾਲ ਦਾ ਐਗਰੀਮੈਂਟ ਕਰਾ ਦਿੰਦੇ ਹਾਂ। ਉਹ ਉੱਥੋਂ ਆ ਗਿਆ ਵੀ ਅਸੀਂ ਡਿਸਕਸ ਕਰਾਂਗੇ, ਕਿਸਾਨ ਲੀਡਰਾਂ ਨੇ ਕਿਹਾ ਅਸੀਂ ਡਿਸਕਸ ਕਰਕੇ ਜੀ ਫਿਰ ਦੱਸਾਂਗੇ, ਪਹਿਲਾਂ ਤਾਂ ਉੱਥੇ ਹੀ ਇਹ ਨਾ ਹੋਣਾ ਚਾਹੀਦਾ ਸੀ ਕਿਉਂਕਿ ਐਗਰੀਮੈਂਟ ਕਾਹਦਾ, ਉਹ ਤਾਂ ਐਕਟ ਮੰਗਦੇ ਆ, ਕਾਨੂੰਨ ਮੰਗਦੇ ਆ ਕਿ ਸਾਨੂੰ ਕਾਨੂੰਨੀ ਗਰੰਟੀ ਦਿਓ ਜੀ, ਹੈ ਨਾ ਜੀ, MSP ਦੀ ਤੇ 13 ਫਸਲਾਂ ਦੀ ਦਿਓ, ਆਪਾਂ ਕਿਉਂ ਮੰਨਦੇ ਹਾਂ ਕਿ ਐਗਰੀਮੈਂਟ ਪਹਿਲਾਂ ਵੀ ਕੰਟਰੈਕਟ ਦਾ ਇੱਕ ਜਿਹੜਾ ਕਾਨੂੰਨ ਸੀਗਾ, 3 ਕਾਨੂੰਨ ਜਿਹੜੇ ਸੀ, ਇੱਕ ਜ਼ਰੂਰੀ ਵਸਤਾਂ ਵਾਲਾ ਸੀਗਾ, ਦੂਜਾ ਜਿਹੜਾ ਐਗਰੀਮੈਂਟ ਵਾਲਾ ਸੀਗਾ, ਬਾਕੀ ਦਾ ਜਿਹੜੀ ਇਨਵੈਸਟਮੈਂਟ ਸੀਗੀ। ਸੋ ਜਿਹੜਾ ਕੰਟਰੈਕਟ ਦਾ ਸੀ ਉਹ ਤਾਂ ਆਲਰੇਡੀ ਸੀਗਾ, ਉਹਦੇ ਵਿੱਚ ਤਾਂ ਇਹੀ ਸੀਗਾ ਕਿ ਹਾਂ ਜੀ ਤੁਸੀਂ ਕੰਪਨੀਆਂ ਨਾਲ ਕੰਟਰੈਕਟ ਕਰ ਸਕਦੇ ਹੋ, ਫਿਰ ਆਪਣੀ ਫਸਲ ਜਿਹੜੇ ਭਾਅ ਦੇ ਤੁਸੀਂ ਤੈਅ ਕਰੋਗੇ ਉਹ ਭਾਅ ਤੇ ਉਹ ਕੰਪਨੀ ਖਰੀਦ ਲਊਗੀ। ਉਹ ਤਾਂ ਆਪਾਂ ਮੰਨਿਆ ਨੀ, ਜਦੋਂ ਆਪਾਂ ਉਹ ਫੰਡਾਮੈਂਟਲੀ ਮੰਨਿਆ ਨੀ, ਖਰੀਦ ਗਰੰਟੀ ਨਹੀਂ ਹੈ, ਖਰੀਦ ਗਰੰਟੀ ਨਹੀਂ ਹੈ ਨਾ, ਹਾਂ, ਕਿਉਂਕਿ ਗਰੰਟੀ ਹੋਈ ਨੀ ਉਹਦੇ ਚ। ਇਹੀ ਆਪਾਂ ਕਹਿੰਦੇ ਸੀ ਭਾਈ, ਫਿਰ ਉਹਦਾ ਪ੍ਰੋਸੈਸ ਸੀ ਕਿ ਜੀ ਫਿਰ SDM ਕੋਲ ਜਾਊ, ਫਿਰ DC ਕੋਲ ਜਾਊ, ਫਿਰ ਉਹ ਫੈਸਲਾ ਕਰਨਗੇ, ਉਹ ਐਸਾ ਬਣਾਤਾ ਸੀਗਾ, ਉਹਦੇ ਚ ਕੁਛ ਹੁੰਦਾ ਹੀ ਨੀਗਾ। ਸੋ ਐਗਰੀਮੈਂਟ ਨੂੰ ਮੰਨਿਆ ਜਾਵੇ ਜਦੋਂ ਆਪਾਂ ਕਹਿੰਦੇ ਵੀ ਐਕਟ ਪਾਸ ਕਰੋ ਤੇ ਇਹਦੀ ਕਾਨੂੰਨੀ ਗਰੰਟੀ ਦਿਓ, ਹਾਂਜੀ। ਉਹ ਹੁਣ ਇੱਕ ਭੰਬਲ ਪੁੱਸਾ, ਉਹ ਤੋਂ ਬਾਅਦ ਜਦੋਂ SKM ਨੇ ਉਹਨੂੰ ਰਿਜੈਕਟ ਕਰਿਆ, ਫਿਰ ਇਹਨਾਂ ਨੇ ਵੀ ਰਿਜੈਕਟ ਕਰਤਾ,
ਵੀ ਹਾਂ ਜੀ ਅਸੀਂ ਤਾਂ ਨੀ ਮੰਨਦੇ। ਸੋ ਇਹ ਜਿਹੜਾ ਹੁਣ ਚੱਲ ਰਿਹਾ ਦੇਖੋ, ਇੱਕ ਪਾਸੇ ਆਪਾਂ ਕਹਿ ਰਹੇ ਹਾਂ ਕਿ 6 ਤਰੀਕ ਨੂੰ ਦਿੱਲੀ ਕੂਚ ਕਰਾਂਗੇ ਜੀ, ਫਿਰ ਆਪਾਂ ਕਹਿ ਰਹੇ 10 ਤਰੀਕ ਨੂੰ ਫਿਰ ਟ੍ਰੇਨਾਂ ਵੀ ਰੋਕਾਂਗੇ ਹੈ ਜੀ, ਤੇ ਜੇ ਆਪਾਂ ਦਿੱਲੀ ਉਹ ਕੂਚ ਕਰਨਾ ਫਿਰ 10 ਦੀਆਂ ਟ੍ਰੇਨਾਂ ਵਾਲਾ ਤਾਂ ਫੈਸਲਾ ਬਾਅਦ ਚ ਵੀ ਕਰ ਸਕਦੇ ਹਾਂ। ਇਹ ਕੰਟਰੈਕਟ ਪ੍ਰੋਗਰਾਮ ਹੈ ਜਿਹੜਾ ਮੈਨੂੰ ਲੱਗਦਾ, ਇੱਕ ਪਾਸੇ ਆਪਾਂ ਕਹਿ ਰਹੇ ਹਾਂ ਜੀ ਅਸੀਂ ਤਾਂ 6 ਤਰੀਕ ਨੂੰ ਦਿੱਲੀ ਕੂਚ ਕਰਨਾ, ਜੇ ਆਪਾਂ ਨੇ ਕੂਚ ਕਰਨਾ ਫਿਰ ਆਪਾਂ ਟ੍ਰੇਨਾਂ ਵਾਲਾ ਕਿਉਂ ਰੋਕਣ ਵਾਲਾ ਹੁਣੇ ਹੀ ਦਿੰਦੇ ਹਾਂ, ਫਿਰ ਕਹਿੰਦੇ ਹਾਂ ਉੱਥੇ ਦਿੱਲੀ ਚੱਲੋ ਜੀ 12 ਤਰੀਕ ਨੂੰ। ਇਹ ਪ੍ਰੋਗਰਾਮ ਜਿਹੜੇ ਆ ਨਾ ਉਹ ਇਸ ਤਰ੍ਹਾਂ ਲੱਗਦੇ ਆ ਕਿ ਜਿਵੇਂ ਇੱਕ ਕੰਪੀਟੀਸ਼ਨ ਚ ਨਾ ਵੀ SKM ਦਾ ਪ੍ਰੋਗਰਾਮ ਆ ਗਿਆ ਜੀ, ਹੁਣ ਆਪਾਂ ਇਹਨੂੰ ਕੰਪੀਟੀਸ਼ਨ ਚ ਕਰਨਾ ਹੈ ਦਿੱਲੀ ਕੂਚ, ਉਹਨਾਂ ਨੂੰ ਲੱਗਦਾ ਕਿ ਹੁਣ ਦਿੱਲੀ ਕੂਚ ਵਾਲਾ ਕੰਮ ਹੈ ਨੀ ਗਾ, ਆਪਾਂ ਜਾ ਨੀ ਸਕਦੇ। ਇਹ ਵੀ ਸਟੇਟਮੈਂਟ ਆ ਲਈ ਪਹਿਲਾਂ ਹੈ ਨਾ ਜੀ ਬੰਧੇਰ ਕਿ ਦੇਖੋ ਜੀ ਜੇ ਨਹੀਂ ਜਾਊਗਾ ਫਿਰ ਇਹ ਬਾਰਡਰ ਜਿਹੜੇ ਆ ਨਾ ਅਸੀਂ ਜਿਹੜਾ ਡੱਬ ਵਾਲੀ ਵਾਲਾ ਬਾਰਡਰ ਆ ਉਹ ਵੀ ਬੰਦ ਕਰ ਦਾਂਗੇ ਤੇ ਇਹ ਸਾਰੇ ਬੰਦ ਕਰਾਂਗੇ ਇੱਥੇ ਬੈਠਾਂਗੇ ਜੀ, ਹੈ ਨਾ। ਇਹਦਾ ਮਤਲਬ ਤੁਸੀਂ ਡੱਗ ਮੰਡਾ ਕਰ ਰਹੇ ਹੋ ਨਾ ਵੀ ਕੀ ਕਰਨਾ ਕੀ ਨਹੀਂ ਕਰਨਾ, ਹੈ ਨਾ, ਕੋਈ ਪਤਾ ਨੀ ਲੱਗ ਰਿਹਾ। ਇਸ ਲਈ ਇਸ ਵੇਲੇ ਇਹ ਸਿਚੁਏਸ਼ਨ ਬਣ ਗਈ ਕਿ ਤੁਸੀਂ ਪਿੱਛੇ ਹਟ ਨੀ ਸਕਦੇ ਜੀ, ਨਾ ਪਿੱਛੇ ਹਟੋਗੇ ਤਾਂ ਜਥੇਬੰਦੀਆਂ ਨੀ ਬਚਦੀਆਂ ਜਿਹਨਾਂ ਨੇ ਇਹ ਕਾਲ ਦਿੱਤੀ ਕਿ ਦਿੱਲੀ ਚੱਲੀਏ, ਤੇ ਕਿਉਂਕਿ ਮੰਗ ਤਾਂ ਕੋਈ ਮੰਨੀ ਨੀ ਗਈ, ਕੁਛ ਹੋਇਆ ਨੀ, ਸਗੋਂ ਉਲਟਾ ਮਤਲਬ ਸੈਂਕੜਿਆਂ ਦੀ ਗਿਣਤੀ ਚ ਕਿਸਾਨ ਜਿਹੜੇ ਉਹ ਜ਼ਖਮੀ ਹੋ ਗਏ, ਉਹ ਡੈਥ ਹੋ ਗਈ, ਕਈ ਕਿਸਾਨਾਂ ਦੀ ਡੈਥ ਹੋ ਗਈ। ਇਹ ਜਿਹੜਾ ਬੱਚਾ ਸੀਗਾ ਇਹਦੀ ਹਨਾ ਸ਼ੁਭ ਕਰਨ ਦੀ ਮਤਲਬ ਮੌਤ ਹੋ ਗਈ। ਸੋ ਇਹ ਤਾਂ ਹੈ ਨੀ ਗਾ ਵੀ ਲੋਕਾਂ ਨੂੰ ਤੁਸੀਂ ਇੱਥੇ ਲਿਆ ਕੇ ਫਿਰ ਕਹੋ ਜੀ ਹੁਣ ਤਾਂ ਖਤਮ ਹੈ, ਜਿਹੜਾ ਜ਼ਿਆਦਾ ਕੋਈ ਮੰਨੀ ਜਾਂਦੀ। ਜਿਹੜਾ ਦੂਸਰਾ ਨੁਕਸਾਨ ਹੋਇਆ ਕਿ ਕਿਸਾਨਾਂ ਦੀ ਜਿਹੜੀ ਪੜਤ ਸੀਗੀ ਪਰਤ ਬਣੀ ਹੋਈ ਸੀ ਉਹ ਵੀ ਉਧੜੀ ਹੈ, ਕਿਉਂਕਿ ਤੁਸੀਂ ਵੇਖੋ ਜਿੱਦਾਂ ਇਹਨਾਂ ਨੇ ਦਿੱਲੀ ਚੱਲਣ ਦਾ ਐਲਾਨ ਕੀਤਾ ਸੀ 21 ਤਰੀਕ ਨੂੰ, ਉਹਦੇ ਫਟਾਫਟ ਮੀਟਿੰਗ ਰੱਖੀ ਗਈ ਅਮਿਤ ਸ਼ਾਹ ਦੇ ਨਾਲ, ਬਾਕੀ 3 ਵਜ਼ੀਰਾਂ ਦੀ ਮੀਟਿੰਗ ਹੋਈ ਜਿਹੜੇ ਇਹਨਾਂ ਨਾਲ ਮੀਟਿੰਗ ਕਰਨ ਆਉਂਦੇ ਹੁੰਦੇ ਸੀ ਪਿਯੂਸ਼ ਗੋਲੋਰੀ, ਅਤੇ ਜਦੋਂ ਉਸ ਮੁੰਡੇ ਦਾ ਕਤਲ ਹੋ ਜਾਂਦਾ ਹੈ ਸ਼ੁਭ ਕਰਨ ਦਾ, ਉਸ ਤੋਂ ਬਾਅਦ ਤੁਸੀਂ ਵੇਖੋ ਕਿ ਕਿੰਨੇ ਦਿਨ ਹੋ ਗਏ ਨੇ। 21 ਤਰੀਕ ਦਾ ਵਾਕਿਆ ਤਾਂ ਉਸਦੀ ਅਰਦਾਸ ਵੀ ਹੋ ਗਈ, 7 ਦਿਨ ਉਹਦੀ ਲਾਸ਼ ਵੀ ਪਈ ਰਹੀ, ਉਸ ਤੋਂ ਬਾਅਦ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋਈ, ਉਹ ਹਮਲਾਵਰ ਮੂਡ ਦੇ ਵਿੱਚ ਹੈ ਅਤੇ ਕਿਸਾਨ ਡਿਫੈਂਸ ਦੇ ਮੂਡ ਦੇ ਵਿੱਚ ਨੇ, ਇਹ ਮੰਦਭਾਗ ਹੈ। ਅਤੇ ਇੰਨਾ ਕੁਛ ਕਰਕੇ ਸਰਕਾਰ ਦਾ ਫਰਜ਼ ਬਣਦਾ ਕਿ ਕੋਈ ਗੱਲਬਾਤ ਉੱਧਰੋਂ ਸੁਨੇਹਾ ਆਵੇ, ਪਰ ਉਹ ਟਸ ਤੋਂ ਮਸ ਨਹੀਂ ਹੋ ਰਹੇ। ਇੱਕ ਤਾਂ ਇਹਦਾ ਬਾਰੇ ਤੁਹਾਡਾ ਕੀ ਨਜ਼ਰੀਆ, ਅਤੇ ਦੂਜੇ ਬੰਨੇ ਜੇ ਇਕੱਠੇ ਦੇਣਾ ਨੀ, ਜੇ ਸੁਨੇਹਾ ਦਿੱਤਾ ਜੀ, ਪਹਿਲੀ ਗੱਲ ਤਾਂ ਉਹ ਲੱਗਦਾ ਨੀ ਕਿ ਹੁਣ ਸੁਨੇਹਾ ਦੇਣ, ਜਿਵੇਂ ਇਹ ਕਹਿੰਦੇ ਸੀਗੇ ਵੀ ਆਹ ਹੋ ਗਿਆ ਜੀ ਸਾਰਾ ਕੁਛ, ਤੇ ਤੁਸੀਂ ਇੱਕ ਪਾਸੇ ਅਸੀਂ ਉਹ ਸੁਨੇਹਾ ਦੇ ਰਹੇ ਹਾਂ, ਦੂਜੇ ਪਾਸੇ ਉਹ ਲੋਕਾਂ ਤੇ ਜਿਹੜਾ ਜ਼ੁਲਮ ਢਾ ਰਹੇ ਹੈ। ਉੱਥੇ ਨਾ ਹਰਿਆਣੇ ਦੀ ਸਰਕਾਰ ਜਿਹੜੀ ਹੈ ਪੰਜਾਬ ਦੀ ਧਰਤੀ ਤੇ ਆ ਕੇ ਉੱਥੇ ਕ੍ਰਾਈਮ ਕਰ ਰਹੀ ਹੈ, ਤੇ ਉਹ ਕੇਂਦਰ ਦਾ ਕੁਛ ਵੀ ਨੀ ਬੋਲ ਰਿਹਾ। ਜਿਹੜੇ ਮੰਤਰੀ ਹੈ ਜਿੱਦਣ ਇਹਨਾਂ ਦੀ ਮੀਟਿੰਗ ਸੀ ਉਦਣ ਉਹਨਾਂ ਨੇ ਸ਼ਰਧਾਂਜਲੀ ਦਿੱਤੀ ਖੜੇ ਹੋ ਕੇ, ਉਹ ਤੋਂ ਬਾਅਦ ਮੰਤਰੀ ਦਾ ਕੇਂਦਰ ਦਾ ਬੋਲਿਆ ਨੀ, ਮੇਨ ਤਾਂ ਕੋਈ ਨੀ ਬੋਲਿਆ ਕਿ ਭਾਈ ਜਿਹੜੇ ਕਿਸਾਨ ਆ ਜਿਹੜੇ ਜ਼ਖਮੀ ਹੋਏ ਜਾਂ ਜਿਹੜੇ 2-3 ਬਜ਼ੁਰਗ ਕਿਸਾਨਾਂ ਦੀ ਡੈਥ ਹੋਈ ਫਿਰ ਇਹ ਮੁੰਡੇ ਦੀ ਸ਼ਹਾਦਤ ਹੋ ਗਈ, ਉਹਦੇ ਤਾਂ ਕੁਛ ਨੀ ਬੋਲੇ ਉਹ। ਬਿਲਕੁਲ, ਉਹ ਤਾਂ ਉਲਟਾ ਸਗੋਂ ਹੁਣ ਉਹਨੂੰ ਅਜੇ ਮਿਸ਼ਰਾ ਟੈਨੀ ਨੂੰ ਉਹਨਾਂ ਨੇ ਟਿਕਟ ਦੇ ਦਿੱਤੀ, ਜਿਹਨੇ ਕਿਸਾਨਾਂ ਉਹਦੇ ਵਿੱਚ ਨਾਮ ਵੀ ਬੋਲਦਾ, ਉਹਦਾ ਮੁੰਡੇ ਦਾ ਨਾਮ ਬੋਲਦਾ ਸਿੱਧਾ, ਗੋਲੀਆਂ ਚਲਾਈਆਂ, ਗੋਲੀਆਂ ਚਲਾਈਆਂ। ਸੋ ਇਹ ਜਿਹੜਾ ਹੁਣ ਉਹਨਾਂ ਨੇ ਜੇ ਉਹ ਕਾਲ ਦਿੰਦੇ ਵੀ ਆ ਵੀ ਸਾਡੇ ਦਰਵਾਜ਼ੇ ਖੁੱਲੇ ਆ, ਉਹਨਾਂ ਨੇ ਟਾਈਮ ਬਾਏ ਕਰਨਾ, ਉਹਨਾਂ ਨੇ ਕੁਛ ਨੀ ਕਰਨਾ ਹੁਣ, ਕਿਉਂਕਿ ਪੱਕਾ ਗੱਲ
ਪਹਿਲਾਂ ਕਿ ਉਹਨਾਂ ਨੇ ਆਰਡੀਨੈਂਸ ਨਹੀਂ ਲਿਆਉਣਾ, WTO ਇਹਦਾ ਇਜਾਜ਼ਤ ਨਹੀਂ ਦਿੰਦੀ। ਜਿਹੜਾ ਇਹ ਨਾਰਾ ਕਿ WTO ਤੋਂ ਬਾਹਰ ਆਓ, ਇਸ ਕਰਕੇ ਹੀ ਹੈ ਕਿ WTO ਤੋਂ ਬਾਹਰ ਆ ਕੇ ਹੀ ਤੁਸੀਂ ਇਹ ਕੰਮ ਕਰ ਸਕਦੇ ਹੋ, MSP ਵਾਲਾ ਅਦਰਵਾਈਜ਼ ਨਹੀਂ ਕਰ ਸਕਦੇ। ਦੂਸਰਾ, ਜਿਵੇਂ ਤੁਹਾਡਾ ਇਹ ਫੀਲਡ ਹੈ ਡਾਕਟਰ ਸਾਹਿਬ, ਤੁਸੀਂ ਵੇਖੋ ਕਿ ਪੂਰੀ ਦੁਨੀਆ 'ਚ ਪ੍ਰਦਰਸ਼ਨ ਹੋ ਰਹੇ ਨੇ ਕਿਸਾਨਾਂ ਦੇ। ਆਪਣੇ ਤਾਂ ਚਲੋ ਅਗਲੇ ਇਹ ਕਹਿੰਦੇ ਨੇ ਜੀ ਇਹ ਖਾਲਿਸਤਾਨੀ ਨੇ, ਇਹ ਮਾਓਵਾਦੀ ਨੇ, ਕਾਮਰੇਡ ਨੇ, ਇਹ ਪੋਲੀਟੀਕਲ ਪਾਰਟੀਆਂ ਦੇ, ਕਾਂਗਰਸ ਦੇ ਬੰਦੇ ਨੇ, ਪਰ ਪੂਰੀ ਦੁਨੀਆ 'ਚ ਆਸਟ੍ਰੇਲੀਆ, ਸਪੇਨ, ਜਰਮਨ, ਜਿਹੜਾ ਮਰਜ਼ੀ ਮੁਲਕ ਵੇਖ ਲਓ, ਪੂਰੀ ਦੁਨੀਆ 'ਚ ਕਿਸਾਨੀ ਦੇ ਪ੍ਰਦਰਸ਼ਨ ਨੇ। ਇਹ ਜਿਹੜੇ ਪ੍ਰਦਰਸ਼ਨ ਹੋ ਰਹੇ ਨੇ, ਇਹਨਾਂ ਦਾ ਪਿਛਲੇ ਦਿਨੀ WTO ਦੀਆਂ ਮੀਟਿੰਗਾਂ ਵੀ ਹੋਈਆਂ, ਅੰਤਰਰਾਸ਼ਟਰੀ ਅਰਥਚਾਰਾ ਤੁਸੀਂ ਵੇਖਦੇ ਵਾਚਦੇ ਹੋ, ਕੀ ਇਹਨਾਂ ਪ੍ਰਦਰਸ਼ਨਾਂ ਦਾ ਅੰਤਰਰਾਸ਼ਟਰੀ ਪੱਧਰ 'ਤੇ ਕੋਈ ਅਸਰ ਪੈਂਦਾ? ਇੱਕ ਤਾਂ ਸਵਾਲ ਇਹ। ਦੂਸਰਾ, ਜੇ ਇਹ ਦੋਨੇ ਇਹ 6 ਨੂੰ ਜਾ ਰਹੇ ਨੇ, ਉਹ 'ਚ ਉਹਨਾਂ ਦਾ 14 ਦਾ ਐਲਾਨ ਸੀ ਇਹਨਾਂ ਨੇ 4 ਦਿਨ ਪਹਿਲਾਂ, ਮਤਲਬ ਪਹਿਲ ਕਰਕੇ ਆਪਣੀ ਜਿਹੜੀ ਆ ਗੁੱਡਵਿਲ ਬਣਾ ਰਹੀ ਹੈ ਹਰ ਧਿਰ, ਇਹ ਖਾਸ ਕਰਕੇ ਸ਼ੰਭੂ ਵਾਲੇ, ਅਤੇ ਚਲੋ ਇਹਨਾਂ ਦਾ ਪ੍ਰੋਗਰਾਮ ਹੈ, ਕੋਈ ਫਰਕ ਨਹੀਂ ਪੈਣਾ, ਇਹਨਾਂ ਨੇ ਆਪਣਾ ਜ਼ੋਰ ਅਜਮਾਇਸ਼ ਕਰਨਾ, ਉਹਨਾਂ ਨੇ ਆਪਣਾ ਕਰਨਾ। ਜੇ ਇਹ ਇਕੱਠੇ ਕਿਉਂ ਨਹੀਂ ਹੁੰਦੇ? ਜੇ ਇਕੱਠੇ ਹੋ ਜਾਂਦੇ ਤਾਂ ਕੀ ਭਾਰਤੀ ਜਨਤਾ ਪਾਰਟੀ 'ਤੇ ਪ੍ਰੈਸ਼ਰ ਡਬਲ ਨਹੀਂ ਸੀ ਬਣਦਾ? ਅਤੇ ਦੂਸਰਾ ਜਿਹੜਾ ਮੇਰਾ ਤੀਸਰਾ ਸਵਾਲ, ਉਹ ਵੀ ਨਾਲ ਹੀ ਲੈ ਲਿਓ, ਕਿ ਹੁਣ ਜਿਵੇਂ ਆਪਣੀ ਆਪਣੀ ਥਾਂ 'ਤੇ ਪ੍ਰਦਰਸ਼ਨ ਹੋਏਗਾ, ਇਸ ਦੇ ਨਾਲ ਜਿਹੜੀ BJP ਨੂੰ ਵੋਟ ਦੀ ਚੋਟ ਪਏਗੀ? ਜੀ ਡਾਕਟਰ ਸਾਹਿਬ ਜੀ, ਪਹਿਲੀ ਗੱਲ ਤਾਂ ਜਿਹੜੀ ਤੁਸੀਂ ਕਿਹਾ ਅੰਤਰਰਾਸ਼ਟਰੀ, ਉਹ ਸਾਰੇ ਕਿਤੇ ਹੋ ਰਿਹਾ, ਜਰਮਨ 'ਚ ਹੋ ਰਿਹਾ, ਬਰਲਿਨ 'ਚ ਹੋ ਰਿਹਾ, ਫਰਾਂਸ 'ਚ ਹੋ ਰਿਹਾ, ਸਾਰੇ ਥਰੂ ਆਊਟ ਵਰਲਡ ਜਿਹੜੀ ਹੈ ਕਿਸਾਨੀ, ਉਹਦੇ 'ਤੇ ਕਾਰਪੋਰੇਟ ਦਾ ਵੱਡਾ ਹਮਲਾ, ਉਹ ਜ਼ਮੀਨਾਂ ਚਾਹੁੰਦੇ ਆ, ਤੇ ਕਿਸਾਨਾਂ ਦੀ ਈਵਨ ਜਿਹੜੇ ਯੂਰੋਪੀਅਨ ਮੁਲਕ ਹੈਗੇ ਆ ਜਾਂ ਈਵਨ USA ਆ, ਜਿੱਥੇ ਸਬਸਿਡੀ ਦਿੱਤੀ ਜਾ ਰਹੀ ਹੈ, ਉਹ ਸਬਸਿਡੀ ਤੋਂ ਬਾਅਦ ਵੀ ਕਿਸਾਨਾਂ ਦੇ ਹਾਲਾਤ ਕੋਈ ਸੁਧਰ ਨਹੀਂ ਰਹੇ ਜੀ, ਉਹ ਮਾੜੇ। USA ਦੇ ਵਿੱਚ ਜਿਹੜੀ ਇੱਕ ਰਿਪੋਰਟ ਹੈਗੀ ਆ, ਉਹਦੇ 'ਚ ਹੈ ਕਿ ਹਰ ਰੋਜ਼ ਇੱਕ ਕਿਸਾਨ ਉੱਥੇ ਵੀ ਸੁਸਾਈਡ ਕਰ ਜਾਂਦਾ ਜੀ USA, ਹਾਲਾਂਕਿ ਜ਼ਮੀਨ ਦਾ ਸਾਈਜ਼, ਲੋਕ ਇਹ ਕਹਿੰਦੇ ਜ਼ਮੀਨ ਦਾ ਸਾਈਜ਼ ਵੀ ਵੱਡਾ, ਮਸ਼ੀਨਰੀ ਵੀ ਹੈ, ਲੇਕਿਨ ਜਿਹੜੀ WTO ਦੇ ਅੰਡਰ ਹੈ ਨਾ, ਉਹ ਕਾਰਪੋਰੇਟ ਜਿਹੜਾ ਇੰਡਸਟਰੀਲਿਸਟ ਆ, ਉਹਦੇ 2 ਏਜੰਡੇ ਆ। ਪਹਿਲਾ ਏਜੰਡਾ ਹੈ ਕਿ ਉਹਨੇ ਵਰਕਰਾਂ ਨੂੰ ਲੁੱਟਣਾ, ਤੇ ਵਰਕਰਾਂ ਨੂੰ ਲੁੱਟਣ ਲਈ ਉਹਦੀ ਵੇਜ ਤੇ ਮੁਨਾਫੇ ਦਾ ਜਿਹੜਾ ਹੈ ਨਾ ਜੀ ਰੌਲਾ, ਜੇ ਤੁਸੀਂ ਅੰਕੜੇ ਕੱਢੋ ਪਿਛਲੇ 20-25 ਸਾਲ ਦੇ, ਤਾਂ ਜਿਹੜਾ ਇਹਨਾਂ ਦਾ ਜਿਹਨੂੰ ਅਸੀਂ ਵੈਲਿਊ ਐਡਿਡ ਕਹਿੰਦੇ ਆ ਨਾ, ਵੈਲਿਊ ਐਡੀਸ਼ਨ ਦੇ ਵਿੱਚ ਇਹ ਟਰਮ ਜਿਹੜੀ ਅਰਥਸ਼ਾਸਤਰ ਜਾ ਕੇ, ਜਦੋਂ ਤੁਸੀਂ ਪ੍ਰੋਸੈਸ ਕਰਦੇ ਹੋ ਕੋਈ ਚੀਜ਼ ਬਣਾਉਂਦੇ ਹੋ ਨਾ, ਉਹਦੇ 'ਚ ਕਿੰਨਾ ਉਹਦੇ 'ਚ ਵਾਧਾ ਹੁੰਦਾ, ਜਿਹੜੀ ਉਹਦੀ ਵੈਲਿਊ ਹੈ ਉਹਦਾ, ਉਹਦੇ ਮੁੱਲ 'ਚ ਕਿੰਨਾ ਵਾਧਾ ਹੁੰਦਾ, ਉਹਦੇ 'ਚੋਂ ਜਿਹੜੀ ਜਿਹੜੀ ਦਿਹਾੜੀ ਹੈ, ਜਿਹੜੀ ਵੇਜਸ ਹੈ, ਉਹਦਾ ਹਿੱਸਾ ਘਟਦਾ ਜਾ ਰਿਹਾ, ਮੁਨਾਫੇ ਦਾ ਹਿੱਸਾ ਵੱਧਦਾ ਜਾ ਰਿਹਾ ਜੀ। ਇਹਦਾ ਮਤਲਬ ਕਿ ਤੁਸੀਂ ਜਿਹੜੇ ਵਰਕਰ ਆ ਉਹਨਾਂ ਦੀ ਲੁੱਟ ਕਰ ਰਹੇ ਹੋ, ਤੇ ਉਹਨਾਂ ਦੀ ਲੁੱਟ ਵੱਧਦੀ ਜਾ ਰਹੀ ਹੈ। ਇਹਦੀ ਇੱਕ ਦਿੱਤੀ ਜਾ ਸਕਦੀ ਹੈ ਕਿ ਦੇਖੋ, USA ਤੇ ਕੈਨੇਡਾ ਦੇ ਵਿੱਚ ਪਿਛਲੇ 15-20 ਸਾਲ ਤੋਂ ਕੋਈ ਮਿਨੀਮਮ ਵੇਜ ਜਿਹੜੀ ਹੈ ਨਾ, ਘੱਟੋ ਘੱਟ ਉਜਰਤ 'ਚ ਕੋਈ ਵਾਧਾ ਨਹੀਂ ਸੀ ਹੋਇਆ। ਆ ਹੁਣ ਕੋਵਿਡ ਤੋਂ ਬਾਅਦ ਜਦੋਂ ਹਾਲਾਤ ਵਿਗੜੇ ਆ, ਤਾਂ ਉਹਨਾਂ ਨੇ $1 ਦਾ ਵਾਧਾ ਕਰਿਆ, ਇਹ ਤੋਂ ਵੱਧ ਨਹੀਂ ਕਰਿਆ ਜੀ, $1.5, ਇਹ ਤੋਂ ਵੱਧ ਨਹੀਂ ਵਾਧਾ ਹੋਇਆ। ਤੇ ਤੁਸੀਂ 15 ਸਾਲ ਜਾਂ 20 ਸਾਲ 'ਚ ਉੱਥੇ ਮਹਿੰਗਾਈ ਜਿਹੜੀ ਹੈ ਇਹਨਾਂ ਦਿਨਾਂ 'ਚ 4% ਤੋਂ ਉੱਤੇ ਰਹੀ, ਜਿਹੜੀ USA ਦੇ ਵਿੱਚ ਹੈ, ਕੈਨੇਡਾ 'ਚ ਵੀ ਰਹੀ, ਡੇਢ ਗੁਣਾ ਜਿਹੜੀਆਂ ਜ਼ਰੂਰੀ ਵਸਤਾਂ ਸੀਗੀਆਂ ਉਹਨਾਂ ਦੀਆਂ ਕੀਮਤਾਂ ਡੇਢ ਗੁਣਾ ਤੱਕ ਚਲੀਆਂ ਗਈਆਂ, ਲੇਕਿਨ ਦਿਹਾੜੀ ਨਹੀਂ ਵਧਾਈ ਜੀ। ਜਿਹੜੀਆਂ ਖਾਣ ਪੀਣ ਦੀਆਂ ਵਸਤਾਂ ਨੇ ਉਹਨਾਂ ਦੇ ਰੇਟ ਡੇਢ ਗੁਣਾ ਹੋ ਗਏ। ਇਸ ਇੱਕ ਪੂਰਾ ਏਜੰਡਾ ਜਿਹੜੇ ਕਾਰਪੋਰੇਟ ਹੈ ਵਰਲਡ ਦਾ, ਇਕੱਲਾ ਇੰਡੀਆ ਦਾ ਨਹੀਂ,
ਵਰਲਡ ਦੇ ਕਾਰਪੋਰੇਟ ਦਾ ਏਜੰਡਾ ਕਿ ਜਿਹੜੀਆਂ ਖੇਤੀਬਾੜੀ ਵਸਤਾਂ ਨੇ ਇਹਨਾਂ ਦੀਆਂ ਕੀਮਤਾਂ ਘੱਟ ਰੱਖੋ। ਇਹਨਾਂ ਅਸੀਂ ਕਹਿੰਦੇ ਹਾਂ ਅਰਥ ਸ਼ਾਸਤਰ ਦੇ ਵਿੱਚ ਵੀ ਇਹ ਦਿਹਾੜੀ ਦੀਆਂ ਵਸਤਾਂ ਕਹਿੰਦੇ ਆ, ਬੇਸ ਗੁਡਸ ਕਹਿੰਦੇ ਆ ਇਹਨਾਂ ਨੂੰ। ਬੇਸ ਗੁਡਸ ਇਸ ਲਈ ਕਹਿੰਦੇ ਆ ਕਿ ਵਰਕਰ ਖਾਣ ਪੀਣ ਤੋਂ ਬਿਨਾਂ ਤਾਂ ਰਹਿ ਨੀ ਸਕਦਾ, ਅਗਲੇ ਦਿਨ ਕੰਮ ਕਰਨਾ ਉਹਨੇ, ਅੱਜ ਖਾਣਾ ਪੀਣਾ ਸਾਰਾ ਕੁਛ ਚਾਹੀਦਾ ਉਹਨੂੰ। ਤੇ ਇਸ ਲਈ ਉਹਦੇ ਚ ਮੇਨ ਜਿਹੜਾ ਉਹਦੇ ਕੱਪੜੇ ਲੀੜੇ ਵੀ ਹੋ ਗਏ ਤੇ ਉਹਦੇ ਖਾਣ ਪੀਣ ਹੋ ਗਿਆ। ਇਸ ਲਈ ਜੇ ਤੁਸੀਂ ਐਡਮ ਸਮਿਥ ਨੂੰ ਵੀ ਪੜ੍ਹੋ, ਜਿਹੜੇ ਕਲਾਸੀਕਲ ਇਕਨੋਮਿਕਸ ਹੈ, ਉਹ ਇਹ ਸੁਝਾਅ ਦਿੰਦੀ ਹੈ ਕਿ ਜਿਹੜੇ ਵਰਕਰ ਹੈ ਇਹਨਾਂ ਦੀ ਜਿਹੜੀ ਦਿਹਾੜੀ ਹੈ ਨਾ, ਉਹ ਸਬਸਿਸਟੈਂਸ ਵੇਜ ਰੇਟ ਕਹਿੰਦੇ ਉਹਨੂੰ, ਵੀ ਗੁਜ਼ਾਰੇ ਜੋਗੀ ਦਿਹਾੜੀ ਹੋਣੀ ਚਾਹੀਦੀ ਹੈ ਜੀ, ਸਮਝੋ ਜੀ। ਤੇ ਉਹਦੇ ਤੋਂ ਵੱਧ ਨੀ ਹੋਣੀ ਚਾਹੀਦੀ, ਜੇ ਵੱਧ ਹੋ ਜਾਏ ਨਾ ਜੀ, ਫਿਰ ਕਹਿੰਦੇ ਇਨਵੈਸਟਮੈਂਟ ਨੀ ਹੁੰਦੀ, ਫਿਰ ਉਹਨਾਂ ਦਾ ਮੁਨਾਫਾ ਨੀ ਹੁੰਦਾ, ਫਿਰ ਅੱਗੇ ਤਰੱਕੀ ਨੀ ਹੋ ਸਕਦੀ, ਬਹੁਤ ਸਾਰੇ ਲੌਜਿਕ ਆ ਉਹਦੇ। ਇਸ ਲਈ ਜੇ ਖੇਤੀਬਾੜੀ ਦੀਆਂ ਵਸਤਾਂ ਦੇ ਰੇਟ ਵਧਣਗੇ, ਕੀਮਤਾਂ ਵਧਣਗੀਆਂ, ਤਾਂ ਫਿਰ ਤੁਹਾਨੂੰ ਦਿਹਾੜੀ ਵਧਾਉਣੀ ਪਊਗੀ, ਨਹੀਂ ਤਾਂ ਵਰਕਰ ਹੜਤਾਲ ਕਰਨਗੇ ਜੀ। ਜਿਹੜੇ ਕੰਮ ਉਹ ਹੜਤਾਲ ਕਰਨਗੇ ਵੀ ਸਾਡੀ ਦਿਹਾੜੀ ਵਧਾਓ। ਜੇ ਦਿਹਾੜੀ ਵਧਾਓਗੇ ਫਿਰ ਕਿੱਥੋਂ ਦਓਗੇ ਤੁਸੀਂ? ਮੁਨਾਫਾ ਮੁਨਾਫੇ ਚੋਂ ਹੀ ਦਓਗੇ, ਨਹੀਂ ਤਾਂ ਜੇ ਤੁਸੀਂ ਆਪਣੀਆਂ ਚੀਜ਼ਾਂ ਦੀ ਕੀਮਤ ਵਧਾਓਗੇ ਉਹਦੀ ਮੰਗ ਘੱਟ ਜਾਂਦੀ ਹੈ। ਇਹ ਟੇਢਾ ਜਿਹਾ ਅਰਥ ਸ਼ਾਸਤਰ ਹੈ ਕਿ ਜੇ ਫਿਰ ਆਪਣੀਆਂ ਵਸਤਾਂ ਦੀ ਕੀਮਤ ਹੋਰ ਵਧਾਓਗੇ ਫਿਰ ਉਹਨਾਂ ਦੀ ਮੰਗ ਘਟੂਗੀ। ਇਸ ਮੰਗ ਵੀ ਰਹੇ, ਉਹ ਮੁਨਾਫਾ ਵੀ ਰਹੇ, ਤੇ ਮਾਰ ਕਿਹਦੇ ਤੇ ਪਵੇ? ਕੰਮੇ ਤੇ ਜੀ, ਹੈਨਾ ਜੀ। ਇਸ ਲਈ ਉਹਦੇ ਤੇ ਮਾਰ ਪੈਣ ਲਈ ਅਗਲੀ ਕੜੀ ਹੈ ਮਾਰ ਦੀ, ਉਹ ਹੈਗਾ ਕਿਸਾਨ। ਜਿਹੜਾ ਕਿਸਾਨ ਹੈ ਉਹਨੂੰ ਮਾਰ ਮਾਰਿਆ ਜਾਵੇ ਕਿ ਵਸਤਾਂ ਦਾ ਰੇਟ ਨਾ ਵਧਾਓ, ਉੱਥੇ ਕੀਮਤ ਦਿਓ ਹੀ ਨਾ। ਇਸ ਲਈ ਇਹ ਜਿਹੜਾ ਸਬਸਿਡੀ ਦਾ ਖੇਲ ਵੀ ਹੈ ਨਾ, ਉਸੇ ਵਿੱਚੋਂ ਹੀ ਨਿਕਲਦਾ ਕਿ ਉਹਨਾਂ ਨੂੰ ਸਬਸਿਡੀ ਦੇ ਕੇ ਨਾ ਇਸ ਤਰ੍ਹਾਂ ਦਿਖਾ ਦਿਓ ਵੀ ਹਾਂ ਜੀ ਕੀਮਤ, ਤੁਸੀਂ ਉਹਨਾਂ ਦੀ ਕੀਮਤ ਉਹਨੂੰ ਨਾ ਦਿਓ। ਜਿਵੇਂ ਕਿ ਐਮ ਐਸ ਸਵਾਮੀਨਾਥਨ ਨੇ ਇੱਕ ਟੈਕਨੀਕਲ ਮੁੱਦਾ ਸੀਗਾ ਜਿਹਦੇ ਚ ਉਹਨੇ ਕਿਹਾ ਕਿ C2 ਦਾ ਮਤਲਬ ਹੈਗਾ ਜੀ, ਉਹ ਜੇ ਦੋ ਤਰ੍ਹਾਂ ਦੀਆਂ ਕੋਸਟ ਹੁੰਦੀਆਂ ਨੇ ਮੋਟੇ ਜਿਹੇ ਰੂਪ ਸਮਝਣ ਵਾਲਾ। ਇੱਕ ਹੁੰਦਾ ਪੇਡ ਆਊਟ ਕੋਸਟ, ਜਿਹੜੇ ਅਸੀਂ ਦੂਜੇ ਨੂੰ ਪੈਸੇ ਦਿੰਨੇ ਆ, ਹੈਨਾ, ਪੇਡ ਆਊਟ ਕਹਿੰਦੇ ਆ। ਜਿਵੇਂ ਅਸੀਂ ਦਿਹਾੜੀ ਦੇ ਮਜ਼ਦੂਰ ਰੱਖ ਲਿਆ, ਅਸੀਂ ਟਰੈਕਟਰ ਤੇਲ ਪਾ ਕੇ ਚਲਾ ਰਿਹਾ ਜੀ, ਟਰੈਕਟਰ ਦੀ ਮੁਰੰਮਤ ਅਸੀਂ ਮਿਸਤਰੀਆਂ ਨੂੰ ਦੇਤੀ, ਹੈਨਾ, ਇਸ ਤਰ੍ਹਾਂ ਦੇ ਬੀਜ ਖਰੀਦ ਲਏ, ਖਾਦ ਖਰੀਦ ਲਈ, ਇਹ ਸਾਰੇ ਪੇਡ ਆਊਟ ਹੈ ਜੀ, ਹੈ ਬਿਜਲੀ ਦਾ ਦੇਤਾ, ਇਹਨੂੰ ਪੇਡ ਆਊਟ ਕੋਸਟ ਕਹਿੰਦੇ ਆ। ਇੱਕ ਪੇਡ ਆਊਟ ਕੋਸਟ ਹੋ ਗਈ, ਪਲੱਸ ਉਹਦੇ ਚ ਮਤਲਬ ਇਹ A2 ਬਣ ਜਾਂਦੀ ਹੈ, ਪੇਡ ਆਊਟ ਕੋਸਟ ਨਾਲ A2 ਕੋਸਟ ਬਣ ਜਾਂਦੀ ਹੈ ਜੀ। ਇਹਨੂੰ ਕਹਿੰਦੇ ਜੀ ਇੱਕ ਫੈਮਿਲੀ ਲੇਬਰ ਜੋੜ ਦਿੰਦੇ ਆ ਉਹ, ਵੀ ਮੈਂ ਜਿਹੜੇ ਪਰਿਵਾਰ ਦੇ ਮੈਂਬਰ ਆ ਉਹਨਾਂ ਨੇ ਕੰਮ ਕੀਤਾ ਤੇ ਉਹਨਾਂ ਦੀ ਜਿਹੜੀ ਮਾਰਕੀਟ ਚ ਜਿਵੇਂ 300 ਰੁਪਏ ਦਿਹਾੜੀ ਚੱਲਦੀ ਆ, ਉਹਨੂੰ ਉਹਦੇ ਨਾਲ ਗੁਣਾ ਕਰ ਲਓ ਵੀ ਕਿੰਨੇ ਦਿਨ ਕੰਮ ਕੀਤਾ, ਉਹਨੂੰ ਜੋੜ ਦਿਓ। ਤੇ ਇਹਨੂੰ ਉਹ ਕਹਿਣ ਲੱਗ ਗਿਆ ਜਿਹੜਾ ਅਰੁਣ ਜੇਤਲੀ ਨੇ ਪਾਰਲੀਮੈਂਟ ਚ ਐਜ ਵਿੱਤ ਮੰਤਰੀ ਬਿਆਨ ਦਿੱਤਾ ਕਿ ਅਸੀਂ ਤਾਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਤੀ ਜੀ, ਜੀ ਅਸੀਂ ਤਾਂ ਦੇਖੋ A2 ਪਲੱਸ ਫੈਮਿਲੀ ਲੇਬਰ ਦੇ ਰਹੇ ਹਾਂ ਅਸੀਂ ਤਾਂ MSP, ਹਾਲਾਂਕਿ ਦੇ ਨੀ ਰਹੇ, ਉਹ ਅਨਾਊਂਸ ਹੀ ਕਰ ਰਹੇ ਆ, ਅਨਾਊਂਸ ਹੀ ਕਰਦੇ ਸੀਗੇ ਜੀ। ਕਿਸਾਨ ਮੰਗ ਰਿਹਾ C2, C2 ਦਾ ਮਤਲਬ ਹੈ ਕਿ ਕੋਈ ਵੀ ਜਿਹੜਾ ਪੈਦਾਵਾਰ ਕਰਦਾ, ਜਿਹੜਾ ਜਿਹੜਾ ਇੰਡਸਟਰੀਲਿਸਟ ਹੈ, ਜਿਹੜਾ ਕੋਈ ਬਿਜਨਸ ਕਰਦਾ, ਉਹ ਆਪਣੀ ਕਾਰ ਦੇ ਪੈਸੇ ਵੀ ਪਾਉਂਦਾ, ਉਹ ਆਪਣੀ ਦੁਕਾਨ ਦਾ ਕਿਰਾਇਆ ਵੀ ਪਾਉਂਦਾ, ਜੇ ਉਹਨੇ ਆਪਣੀ ਦੁਕਾਨ ਹੀ ਹੋਵੇ ਚਾਹੇ ਜੀ,
ਉਹਦੇ ਤਾਂ ਕਿਰਾਇਆ ਵੀ ਪਾਉਂਦਾ, ਜਿੰਨੀ ਉਹਨੇ ਪੂੰਜੀ ਲਾਈ ਹੁੰਦੀ ਹੈ ਉਹਦਾ ਵਿਆਜ ਵੀ ਪਾ ਲੈਂਦਾ ਜੀ। ਹਾਂਜੀ, ਇਹ ਸਾਰਾ ਕੁਝ ਪਾ ਕੇ ਫੇਰ ਉਹ ਕਹਿੰਦਾ ਵੀ ਮੈਨੂੰ ਕਿੰਨਾ ਮੁਨਾਫਾ ਹੁੰਦਾ ਲਾ ਕੇ। ਸੋ ਇਸ ਲਈ ਸਵਾਮੀਨਾਥਨ ਜਿਹੜੇ ਸੀਗੇ, ਐਮ ਐਸ ਸਵਾਮੀਨਾਥਨ, ਉਹਨਾਂ ਨੇ ਕਿਹਾ ਕਿ ਪੇਡ ਆਊਟ ਕਾਸਟ ਦੇ ਨਾਲ ਨਾ, ਜਿਹੜੀ ਪੇਡ ਆਊਟ ਕਾਸਟ ਨਹੀਂ ਹੈ, ਪੇਡ ਇਨ ਕਾਸਟ ਹੈ, ਉਹਨੂੰ ਪੇਡ ਇਨ ਕਾਸਟ ਕਹਿੰਦੇ ਆ ਕਿ ਤੁਸੀਂ ਆਪਣੀ ਜ਼ਮੀਨ ਆਪ ਵਾਹ ਰਹੇ ਹੋ ਜੀ, ਤੇ ਜੇ ਉਹ ਠੇਕੇ ਤੇ ਦੇ ਦੋ ਤਾਂ 50,000 ਰੁਪਇਆ ਠੇਕਾ ਲੱਗਦਾ, ਇਸ ਲਈ 50,000 ਰੁਪਇਆ ਉਹ ਵੀ ਪਾਓ ਜੀ। ਭਾਈ ਅੱਜ ਤਾਂ ਮੈਂ 50,000 ਕਮਾਈ ਸਕਦਾ ਨਾ ਕਿ ਜੇ ਮੈਂ ਖੇਤੀ ਨਾ ਕਰਾਂ, ਇਸ ਲਈ ਮੈਂ ਖੇਤੀ ਕਰਦਾ ਆਪਣੀ ਜ਼ਮੀਨ ਤੇ, 50,000 ਰੁਪਇਆ ਠੇਕਾ ਵੀ ਹੈ ਉਹਦਾ ਜੀ। ਤੇ ਜੇ ਮੈਂ ਟਰੈਕਟਰ ਦੇ ਪੈਸੇ ਲਾਏ, ਹੋਰ ਪੈਸੇ ਲਾਏ, ਕੋਈ ਕੋਠਾ ਬਣਾਇਆ, ਜਿਹੜੀ ਉਹ ਕੈਪੀਟਲ ਲੱਗੀ ਹੈ ਉਹਦਾ ਵਿਆਜ ਵੀ ਲਾਓ, ਹੈ ਨਾ। ਇਸ ਲਈ ਉਹ ਪੇਡ ਇਨ ਕਾਸਟ ਜਿਹੜੀਆਂ ਜਿਹੜੀਆਂ ਅਸਲ ਚ ਦਿੱਤੀਆਂ ਹੀ ਜਾਂਦੀਆਂ ਜੀ, ਪਰ ਉਹ ਹੁੰਦੀਆਂ, ਹੈ ਨਾ। ਜਿਵੇਂ ਫੈਮਿਲੀ ਲੇਬਰ ਵੀ ਪੇਡ ਆਊਟ ਨੀ ਹੈ, ਪੇਡ ਹੀ ਨੀ ਹੈ, ਇਸ ਲਈ ਜਿਹੜਾ ਦਿਹਾੜੀ ਰੇਟ ਚੱਲਦਾ ਉਹਦੇ ਬੇਸ ਤੇ ਅਸੀਂ ਉਹਨੂੰ ਮੰਨ ਲੈਂਦੇ ਹਾਂ। ਇਹ ਸਾਰਾ ਕੁਛ ਪੇਡ ਪੇਡ ਆਊਟ ਕਾਸਟ ਪਲੱਸ ਪੇਡ ਇਨ ਕਾਸਟ, ਇਹ C2 ਬਣ ਜਾਂਦੀ ਹੈ ਜੀ। ਫਿਰ ਉਹਦੇ ਚ ਜ਼ਮੀਨ ਦਾ ਠੇਕਾ ਵੀ ਜੁੜਦਾ, ਕਿ ਜਿਹੜੀ ਤੁਹਾਡੀ ਪੂੰਜੀ ਲੱਗੀ ਉਹਦਾ ਵਿਆਜ ਵੀ ਜੁੜੂਗਾ, ਫਿਰ ਉਹਦੀ ਫੈਮਿਲੀ ਲੇਬਰ ਵੀ ਜੁੜੂਗੀ, ਇਹ C2 ਬਣ ਜਾਂਦੀ ਹੈ ਜੀ। ਤੇ ਸਵਾਮੀਨਾਥਨ ਨੇ ਕਿਹਾ ਕਿ C2 ਪਲੱਸ 50% ਇਹ MSP ਦਿਓ, ਠੀਕ ਹੈ ਜੀ। ਜੇ ਇਹ ਦਿੱਤੀ ਜਾਵੇ ਫਿਰ ਕਿਸਾਨਾਂ ਦੇ ਹਾਲਾਤ ਕਾਫੀ ਸੁਧਰ ਸਕਦੇ ਆ। ਇਹ ਠੀਕ ਹੈ ਵੀ ਜਿਹੜੇ ਠੇਕੇ ਤੇ ਵਾਹੁੰਦੇ ਉਹਦੇ ਇਹਦੇ ਨਾਲ ਵੀ ਨਹੀਂ ਸੁਧਰਨੇ, ਕਿਉਂਕਿ ਉਹ ਠੇਕੇ ਵਾਲੇ ਨੇ ਲੈ ਜਾਣੇ ਆ, ਪਰ ਜਿਹੜੇ ਠੇਕੇ ਤੇ ਆਪਣੀ ਜ਼ਮੀਨ ਜਿਹੜੇ ਵਾਹ ਰਹੇ ਆ, ਛੋਟੇ ਕਿਸਾਨ ਹੈ ਜਿਹੜੀ ਆਪਣੀ ਜ਼ਮੀਨ ਵਾਹੁੰਦੇ ਆ, ਤੇ ਉਹਨਾਂ ਨੂੰ ਇਹਦਾ ਫਾਇਦਾ ਹੋ ਸਕਦਾ, ਹੈ ਨਾ। ਕੁਛ ਠੇਕੇ ਵਾਲਾ ਜਿਹੜੇ ਠੇਕੇ ਤੇ ਲੈ ਕੇ ਵਾਹੁੰਦੇ ਉਹਨਾਂ ਨੂੰ ਵੀ ਕੁਛ ਹੋ ਸਕਦਾ ਕਿ ਠੀਕ ਹੈ ਸਾਰਾ ਨੀ, ਕੁਛ ਉਹਨਾਂ ਦੇ ਪੱਲੇ ਵੀ ਪੈ ਜੂਗਾ। ਇਸ ਲਈ ਥਰੂ ਆਊਟ ਵਰਲਡ ਇਹ ਚੱਲਿਆ ਵਾ ਕਿ ਖੇਤੀ ਦੀਆਂ ਜਿਹੜੀਆਂ ਵਸਤਾਂ ਨੇ, ਜਿਨਸਾਂ ਨੇ, ਇਹਨਾਂ ਦੇ ਰੇਟ ਨਾ ਵਧਾਓ ਤਾਂ ਕਿ ਉਹ ਮੁਨਾਫਾ ਰਹੇ। ਇਹ WTO ਦੇ ਅੰਡਰ ਆ ਗਿਆ, ਫਿਰ ਉੱਥੋਂ ਇਹਨੂੰ ਮੈਨੇਜ ਕਰਦਾ। ਉਹ ਕਹਿੰਦੇ ਵੀ MSP WTO ਦਾ ਕਹਿੰਦਾ ਵੀ ਤੁਸੀਂ MSP ਦਿੰਦੇ ਕਿਉਂ, PDS ਵੀ ਬੰਦ ਕਰੋ ਇਹ, ਕਿਉਂਕਿ ਇਹਦੇ ਨਾਲ ਨਾ ਕਾਰਪੋਰੇਟ ਨੂੰ ਘਾਟਾ ਪੈਂਦਾ, ਇਸ ਕਰਕੇ ਕੀਤਾ ਜਾਂਦਾ ਜੀ। ਹੁਣ ਇਹਦੇ ਚ ਜਿਹੜੀ ਅਗਲੀ ਗੱਲ ਹੈਗੀ, ਇਹ ਜਿਹੜਾ ਜਿਹੜੇ ਹਾਲੇ ਤੁਸੀਂ ਆਪਾਂ ਵੀ ਕਹਿੰਦੇ ਵੀ ਹਾਂ ਉਹ ਫਾਰਮਰ ਆਏ ਆ, ਉਹਨਾਂ ਫਾਰਮਰ ਦੀ ਜਿਹੜੀ ਇਕਨੋਮਿਕ ਹਾਲਤ ਹੈ ਸਾਡੇ ਕਿਸਾਨਾਂ ਨਾਲੋਂ ਕਿਤੇ ਬਿਹਤਰ ਹੈ। ਹਾਂ ਬਿਲਕੁਲ ਜੀ, ਉਹਨਾਂ ਦਾ ਲਿਵਿੰਗ ਸਟੈਂਡਰਡ, ਉਹਨਾਂ ਦੇ ਘਰਾਂ ਦੀ ਹਾਲਤ, ਉਹਨਾਂ ਦਾ ਜਿਹੜਾ ਉਂਝ ਹੈ ਉਹ ਸਾਡੇ ਨਾਲੋਂ ਬਿਹਤਰ ਹੈ, ਲੇਕਿਨ ਫਿਰ ਵੀ ਉਹ ਇਸ ਮਾਰ ਥੱਲੇ ਹੈਗੇ ਆ ਕਿ ਉਹਨਾਂ ਦਾ ਉਹ ਕੁਛ ਨੀ ਬਣਦਾ ਜਿਹੜਾ ਦੂਜਿਆਂ ਦਾ ਬਣਦਾ। ਹੁਣ ਇਸੇ ਚੱਕਰ ਚ ਜਿਹੜੇ ਕਾਰਪੋਰੇਟ ਨੇ ਉਹ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਆ ਵੀ ਆਪਾਂ ਐਂ ਕਰੋ ਵੀ ਸਿੱਧੇ ਹੀ ਇਹਦੇ ਤੇ ਕਬਜ਼ਾ ਕਰਕੇ ਨਾ ਫਿਰ ਖੇਤੀ ਦੀਆਂ ਵਸਤਾਂ ਬਣਾ ਕੇ ਆਪਣੇ ਵਰਕਰਾਂ ਨੂੰ ਸਸਤੇ ਰੇਟ ਤੇ ਦੇ ਕੇ ਉੱਥੇ ਲੁੱਟ ਕਰ ਲਓ ਜੀ। ਇਹਨੂੰ ਅਸੀਂ ਬਹੁਤ ਵਾਰੀ ਇੱਕ ਪ੍ਰੋਸੈਸ ਹੁੰਦਾ ਪ੍ਰੀਮਿਟਿਵ ਕੈਪੀਟਲ ਅਕਮੂਲੇਸ਼ਨ ਵੀ ਚੱਲੀ ਜਾਂਦੀ ਹੈ ਜੀ। ਪ੍ਰੀਮਿਟਿਵ ਕੈਪੀਟਲ ਅਕਮੂਲੇਸ਼ਨ ਇਹਨੂੰ ਕਿਹਾ ਜਾਂਦਾ, ਤੇ ਉਹਦੇ ਚੋਂ ਖੇਤੀਬਾੜੀ ਫਿਰ ਜਿਹੜੀ ਇੰਡਸਟਰੀ ਆ ਉਹਦੇ ਵਿੱਚ ਖੇਤੀਬਾੜੀ ਦਾ ਯੂਜ ਆ। ਇਸੇ ਲਈ ਬਿਲ ਗੇਟਸ ਜਿਹੜਾ ਉਹ 3 ਲੱਖ ਏਕੜ ਹੈਕਟੇਅਰ ਦੇ ਕਰੀਬ ਜਿਹੜੀ ਆ ਜ਼ਮੀਨ ਖਰੀਦੀ ਫਿਰਦਾ, ਆਇਆ ਹੋਇਆ ਹੁਣ ਅੰਬਾਨੀ ਦੇ ਵਿਆਹ ਚ ਆਇਆ ਹੋਇਆ ਮਤ ਦੇ ਉਹਨਾਂ ਨੂੰ। ਸਾਡੇ ਤਾਂ ਇਹ ਨੀ ਪਤਾ, ਸਾਡੇ ਪੰਜਾਬੀ
ਕਬੱਡੀ ਵਾਲੇ ਉੱਥੇ ਕਹਿਣਾ ਦਲਜੀਤ ਦੋਸਾਂਝ ਵਰਗੇ ਨੱਚਣ ਲੱਗੇ ਵੀ ਕਾਹਦੇ ਲਈ ਨੱਚ ਰਹੇ ਉਸ ਦਰਬਾਰ। ਇੱਕ ਪਾਸੇ ਕਿਸਾਨਾਂ ਨੂੰ ਕਰੋੜ ਰੁਪਈਆ ਦੇ ਦਿੰਦੇ ਆ ਮਦਦ ਕਰ ਦਿੰਦੇ ਆ, ਇੱਕ ਪਾਸੇ ਉਹਦੇ ਦਰਬਾਰ ਚ ਨੱਚ ਰਹੇ ਆ। ਹਾਂ ਮਤਲਬ ਕੋਈ ਕਰਦਾਰ ਹੀ ਹੈ ਨੀ ਨਾ, ਅਸੀਂ ਤਾਂ ਇਹ ਕਹਿੰਦੇ ਹਾਂ। ਸੋ ਚਲੋ ਉਹ ਵੱਖਰਾ ਟੌਪਿਕ ਆ, ਉਹਦੇ ਤੇ ਆਪਾਂ ਨਹੀਂ ਜਾਂਦੇ। ਸੋ ਇਸ ਲਈ ਇਹ ਜਿਹੜੀ MSP ਦਾ ਰੌਲਾ ਇਹ WTO ਤੇ ਇਸ ਸੰਦਰਭ ਚ ਹੈਗਾ, ਕਾਰਪੋਰੇਟਾਂ ਦੇ ਸੰਦਰਭ ਦੇ ਵਿੱਚ। ਇਸ ਲਈ ਜੇ ਇਹ MSP ਲੈਣੀ ਹੈ, ਇਹ ਲੰਮੀ ਲੜਾਈ ਹੈ ਜੀ, ਇਹ ਮੈਚਿਓਰਿਟੀ ਨਾਲ ਲੜਨ ਵਾਲੀ ਲੜਾਈ ਹੈ, ਦਬਾਅ ਤੋਂ ਬਿਨਾਂ ਇਹ ਮੰਨੀ ਨਹੀਂ ਜਾਣੀ। ਤੁਸੀਂ ਦਬਾਅ ਦੀ ਗੱਲ ਕੀਤੀ, ਜੇ ਚਲੋ ਅਜੇ ਪਤਾ ਨਹੀਂ ਕੋਈ, ਕਿਉਂਕਿ ਇਹਨਾਂ ਨੂੰ ਦੋਨਾਂ ਧਿਰਾਂ ਦੇ ਜਿਹੜੇ ਸਮਝਾਉਣ ਵਾਲੇ ਨੇ ਉਹ ਵੀ ਕੋਈ ਅੱਗੇ ਨਹੀਂ ਆ ਰਿਹਾ, ਅਤੇ ਨਾ ਇਹ ਸਮਝਣ ਨੂੰ ਤਿਆਰ ਨੇ, ਇੱਕ ਦੂਸਰੇ ਨੂੰ ਠੇਬੀ ਲਾ ਕੇ ਅਲੱਗ ਅਲੱਗ ਨੁਕਸਾਨ ਕਰਵਾ ਰਹੇ ਨੇ, ਜਾਨਾਂ ਜਾ ਰਹੀਆਂ ਨੇ। ਜੇ ਇਹ ਪ੍ਰੈਸ਼ਰ ਗਰੁੱਪ ਇਕੱਠਾ ਹੁੰਦਾ ਤਾਂ ਕਿਤੇ ਡਾਕਟਰ ਸਾਹਿਬ ਲੱਗਦਾ, ਕਿਉਂਕਿ ਤੁਸੀਂ ਅੰਦੋਲਨ 'ਚ ਕਾਫੀ ਪਹਿਲਾਂ ਵੀ ਜਾਂਦੇ ਰਹੇ ਹੋ, ਵੇਖਦੇ ਰਹੇ ਹੋ, ਤਾਂ ਉਹ ਦਬਾਅ ਬਣ ਸਕਦਾ ਸੀ। ਤੀਸਰਾ ਜਿਹੜਾ ਇਹਨਾਂ ਨੇ ਪੈਟਰਨ ਅਪਣਾਇਆ, ਦੋਨੇ ਸਵਾਲ ਲੈ ਲਿਓ, ਜਿਵੇਂ ਵੋਟ ਦੀ ਚੋਟ ਹੈ, ਆਪਣੇ ਤੌਰ 'ਤੇ ਇਹਨਾਂ ਨੇ ਦੇਸ਼ ਭਰ 'ਚ ਮੁਖਾਲਫਤ ਦੋਨੇ ਧਿਰਾਂ ਨੇ ਵਿੱਢ ਦਿੱਤੀ ਹੈ। ਜਿਵੇਂ ਹੁਣ ਰਾਹੁਲ ਗਾਂਧੀ ਨੇ ਅੱਜ ਐਲਾਨ ਕੀਤਾ ਜੈਪੁਰ ਦੀ ਰੈਲੀ ਦੇ ਦੌਰਾਨ ਕਿ ਅਸੀਂ ਆਪਣੇ ਮੈਨੀਫੈਸਟੋ ਦੇ ਵਿੱਚ MSP ਪਾਵਾਂਗੇ, ਕੀ ਇਸ ਦਬਾਅ ਦਾ ਕੋਈ ਅਸਰ ਭਾਰਤ ਦੀ ਆਉਣ ਵਾਲੀ ਰਾਜਨੀਤੀ ਤੇ ਜਾਂ ਸਰਕਾਰ ਤੇ ਬਣਦਾ ਜੀ? ਦੇਖੋ ਜਿਹੜੀ ਦੂਜੀ ਤੁਸੀਂ ਕਿਹਾ ਸੀਗਾ ਵੀ ਸਾਰੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਸਕਦੀਆਂ, ਮੈਨੂੰ ਇਹ ਲੱਗਦਾ ਕਿ ਹੁਣ ਜਿਹੜੀ ਸਿਚੁਏਸ਼ਨ ਆ ਉਹਦੇ ਚੋਂ ਕਿਵੇਂ ਨਿਕਲਿਆ ਜਾਵੇ। ਕੀ ਤੁਸੀਂ ਜਿਹੜੇ ਉਹ ਜਿਵੇਂ ਇਹਨਾਂ ਨੇ ਕਾਲ ਦਿੱਤੀ ਵੀ ਅੱਗੇ ਦਿੱਲੀ ਚਲੋ ਉਹ ਉਸ ਕਾਲ ਤੇ ਨਹੀਂ ਆਉਣਗੇ, ਨਾ ਉਹਨਾਂ ਨੇ ਦੇਣੀ ਆ, ਉਹ ਮੈਚਿਓਰ ਆ ਇਸ ਗੱਲੋਂ ਜੀ। ਇਹ ਸਮਾਂ ਨੀ ਹੈ ਕਿ ਤੁਸੀਂ ਉੱਥੇ ਜਾ ਕੇ ਐਵੇਂ ਫਸੋ, ਜਦੋਂ ਸਰਕਾਰ ਹੈ ਨੀ, ਆਰਡੀਨੈਂਸ ਆਉਣਾ ਨੀ, ਤੇ ਇਲੈਕਸ਼ਨਾਂ ਤੋਂ ਬਾਅਦ ਕੀ ਹੋਣਾ, ਫਿਰ ਉਹਦੇ ਅਕੋਰਡਿੰਗਲੀ ਆਪਣੀ ਰਣਨੀਤੀ ਤੁਹਾਨੂੰ ਬਣਾਉਣੀ ਪਏਗੀ ਤੇ ਬਣਾਉਣੀ ਚਾਹੀਦੀ ਹੈ ਜੀ, ਇਹ ਬੜਾ ਸਿੱਧਾ। ਤੇ ਇਸ ਲਈ ਇਹ ਜਥੇਬੰਦੀਆਂ ਜਿਹੜੀਆਂ ਇੱਥੇ ਆ ਕੇ ਫਸ ਗਈਆਂ, ਹੁਣ ਜਿਹੜੀਆਂ ਪਿੱਛੇ ਜਾ ਨੀ ਸਕਦੀਆਂ, ਅੱਗੇ ਜਾਣ ਵਾਲਾ ਰਸਤਾ ਨੀ ਲੱਭ ਰਿਹਾ, ਉਹ ਹੁਣ ਇੱਕ ਉਸ ਚੋਂ ਉਪਜ ਰਿਹਾ ਕਿ ਐਲੀਗੇਸ਼ਨ ਕਾਊਂਟਰ ਐਲੀਗੇਸ਼ਨ ਜਿਹੜੇ ਆ ਲੱਗੀ ਜਾ ਰਹੇ ਆ। ਪਰ ਮੇਰੀ ਸਮਝ ਇਹ ਹੈ, ਉਹਦਾ ਤਾਂ ਮੈਂ ਗਲਤ ਵੀ ਹਾਂ, ਕਿ ਜਿਹੜੀਆਂ ਜਥੇਬੰਦੀਆਂ ਨੇ ਆਪਣਾ ਪ੍ਰੋਗਰਾਮ ਦਿੱਤਾ ਸੀ ਨਾ, ਉਹੀ ਜਥੇਬੰਦੀਆਂ ਅੱਜ ਇਸ ਸਿਚੁਏਸ਼ਨ ਲਈ ਜ਼ਿੰਮੇਵਾਰ ਹੈ, ਉਹਨਾਂ ਨੂੰ ਹੀ ਰਸਤਾ ਲੱਭਣਾ ਪਊਗਾ। ਜਿਹੜੀਆਂ ਨੇ ਦਿੱਤਾ ਹੀ ਨੀ, ਜਿਹਨਾਂ ਦਾ ਫੈਸਲਾ ਹੀ ਨੀ, ਆਪਾਂ ਉਹਨੂੰ ਕਿਵੇਂ ਐਲੀਗੇਸ਼ਨ ਕਰ ਦਈਏ? ਮੈਂ ਸ਼ਿਕਾਰ ਖੇਡਣ ਚਲਿਆ ਜਾਵਾਂ, ਅੱਗੇ ਮੈਨੂੰ ਸ਼ੇਰ ਟੱਕਰ ਜੇ, ਤੇ ਮੈਂ ਕਹਾਂ ਜਾਣ ਤੋਂ ਪਹਿਲਾਂ ਤੁਹਾਨੂੰ ਵੀ ਮੇਰੇ ਨਾਲ ਚੱਲ ਬਈ, ਤੁਸੀਂ ਕਹੋ ਮੈਂ ਤਾਂ ਨੀ ਜਾਂਦਾ ਬਈ, ਮੈਂ ਕਹਾਂ ਵੀ ਨਹੀਂ ਜਾਂਦਾ, ਚੱਲ ਫਿਰ ਅਸੀਂ ਤਾਂ ਚੱਲੇ ਆ, ਅੱਗੇ ਆ ਕੇ ਸ਼ੇਰ ਟੱਕਰ ਜੇ, ਮੈਂ ਤੁਹਾਨੂੰ ਗਾਲਾਂ ਕੱਢਾਂ? ਇਹ ਤਾਂ ਤੁਸੀਂ ਦੇਖਣਾ ਨਾ ਵੀ ਕੀ ਹਾਲਾਤ ਨੇ, ਕਿਵੇਂ ਆਪਾਂ ਉਹਨੂੰ ਬਣਾਈਏ ਤੇ ਕਿਵੇਂ ਦਾ। ਹਾਂ ਅਗਲੇ ਇਹਨਾਂ ਦੇ ਉਲਟ ਨੀ ਜਾ ਰਹੇ, ਇਹਨਾਂ ਦੀ ਸਪੋਰਟ ਚ ਉਹਨਾਂ ਨੇ ਐਕਸ਼ਨ ਕੀਤੇ ਜੀ, ਤੇ ਉਹਨਾਂ ਨੇ ਕਿਸਾਨਾਂ ਦੀ ਸਪੋਰਟ ਚ ਐਕਸ਼ਨ ਕੀਤੇ। ਮੁੱਦਾ ਕਿਸਾਨਾਂ ਦਾ, ਕਿਸਾਨਾਂ ਦੇ ਮਸਲੇ ਹੈ, ਜੋ ਕਿਸਾਨਾਂ ਦੇ ਮਸਲੇ ਹੈ ਤਾਂ ਆਪਣੇ ਆਪਣੇ ਤੌਰ ਤਰੀਕੇ ਨਾਲ ਲੜੇ ਜਾ ਰਹੇ ਆ। ਤੇ ਹੁਣ ਆਪਾਂ ਇਹ ਨਾ ਕਹਿੰਦੇ ਵੀ ਅਸੀਂ ਤਾਂ ਸ਼ੰਭੂ ਬਾਰਡਰ ਬੈਠੇ, ਤੁਸੀਂ ਵੀ ਸ਼ੰਭੂ ਬਾਰਡਰ ਆ ਕੇ ਬਹਿ ਜਾਓ ਜੀ, ਉਹ ਕਹਿੰਦੇ ਵੀ ਨਹੀਂ ਵੀ ਅਸੀਂ ਤਾਂ ਨੀ ਹਲੇ ਬੈਠਣਾ। ਆਪਾਂ ਇਹ ਤਾਂ ਨੀ ਕਹਿ ਸਕਦੇ ਵੀ ਉਹ ਕੋਈ ਕਿਸਾਨ ਵਿਰੋਧੀ ਹੋਵੇ ਜਾਂ ਉਹਨਾਂ ਨੇ ਕੀਤਾ, ਇਹ ਨੀ ਕਿਹਾ ਜਾ ਸਕਦਾ ਹੈ ਨਾ। ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਜਿਹਨਾਂ ਨੂੰ ਤੁਸੀਂ ਲਿਆ ਕੇ ਬਿਠਾਇਆ, ਹੁਣ ਇਹਨਾਂ ਨੂੰ ਕਿਵੇਂ ਅੱਗੇ ਲੈ ਕੇ ਜਾਣਾ, ਅੱਗੇ ਲੈ ਕੇ ਜਾਣਾ ਜਾਂ ਕੀ ਕਰਨਾ। ਜਿਹੜਾ ਪੁਆਇੰਟ ਲੋਕਾਂ ਦੇ ਮਨ ਚ ਹੈ ਕਿ ਦੇਖੋ 2.5-3 ਸਾਲ ਹੋ ਗਏ ਨੇ ਸਮਝੌਤਾ ਹੋਏ ਨੂੰ, ਉਹਨਾਂ ਨੇ MSP ਤੇ ਕੋਈ ਮੀਟਿੰਗ ਨਹੀਂ ਸੱਦੀ, ਕੋਈ ਕਮੇਟੀ ਨਹੀਂ ਪਾਈ, ਕੋਈ UP ਵਾਲਾ ਕੇਸ ਵਾਪਸ ਨਹੀਂ ਕੀਤਾ, ਉਲਟਾ ਟਹਿਣੀ ਹੋਰਾਂ ਨੂੰ ਟਿਕਟਾਂ ਦੇ ਦਿੱਤੀਆਂ ਨੇ। ਕੁਛ ਲੋਕ ਕਹਿੰਦੇ ਨੇ ਕਿ ਇਹਨਾਂ ਨੇ ਮੋਰਚਾ ਪਹਿਲਾਂ ਵਿੱਢ ਕੇ ਪਹਿਲ ਕੀਤੀ ਹੈ। SKM ਨੇ
ਮੋਰਚਾ ਨਹੀਂ ਵਿੱਢਿਆ, ਉਹ ਮੋਰਚਾ ਲੇਟ ਵਿੱਢਣ ਕਰਕੇ ਮੋਦੀ ਦੀ ਸਹਾਇਤਾ ਕਰ ਰਹੇ ਨੇ, ਇਹ ਸਵਾਲ ਫਸ ਰਿਹਾ ਸਰ ਪਹਿਲ ਕਰਕੇ। ਹਾਲਾਂਕਿ ਰਿੰਗ ਰੋਡ ਦਾ ਜਿਹੜਾ ਮਸਲਾ ਸੀ, ਠੀਕ ਹੈ ਡੱਲੇਵਾਲ ਸਾਹਿਬ ਨੇ ਰਾਜਨੀਤੀ ਤੋਂ ਦੂਰ ਰਹੇ, ਉਹਨਾਂ ਦੇ ਨਾਲ ਸ਼ਿਵ ਕੱਕਾ ਦਾ ਨਾਂ ਜੋੜਦਾ ਆਪਣੇ ਚੈਨਲ 'ਤੇ ਆ ਕੇ ਉਹ ਸਪਸ਼ਟ ਕਰ ਗਏ ਨੇ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਹੈ ਵੀ ਨਹੀਂ ਹੈ। ਅਤੇ ਸਰਵਣ ਪੰਧੇਰ ਨੇ ਵੀ ਤਾਂ ਰਿੰਗ ਰੋਡ ਦਾ ਰੌਲਾ ਪਾਇਆ ਸੀ, ਉਸਦਾ ਕੀ ਨੁਕਸਾਨ ਹੋਇਆ? ਉੱਥੇ ਵੀ ਨਵਰੀਤ ਦੀ ਮੌਤ ਜੋ ਉਸ ਦਿਨ ਹੋਈ ਹੈ, ਉਹ ਵੀ ਇਸੇ ਵਾਇਲੈਂਸ 'ਚੋਂ ਨਿਕਲਦਾ ਰਿੰਗ ਰੋਡ ਦੇ ਰੌਲੇ 'ਚੋਂ। ਦੂਜੇ ਬੰਨੇ ਸਿਰਫ ਉਹ ਪਹਿਲ ਕਰ ਗਏ ਨੇ, ਸੋ ਪਹਿਲ ਦਾ ਕ੍ਰੈਡਿਟ ਉਹਨਾਂ ਨੂੰ ਦਿੱਤਾ ਜਾ ਰਿਹਾ। ਅਤੇ ਕੀ ਇਹ ਜਿਹੜੀ ਵੋਟ ਦੀ ਚੋਟ ਦਾ ਅਸਰ ਪਏਗਾ, ਜਿਵੇਂ ਦੋਨੇ ਜਥੇਬੰਦੀਆਂ ਐਕਸ਼ਨ ਕਰਦੀਆਂ ਨੇ, ਕੀ ਚੋਣ ਮੈਨੀਫੈਸਟੋ ਦੇ ਵਿੱਚ ਜਾਂ ਇਸ ਤਰ੍ਹਾਂ ਇਹਨਾਂ ਦਾ ਲੰਮਾ ਅੰਦੋਲਨ ਚੱਲਣ ਦੇ ਨਾਲ ਵੋਟ ਦੀ ਚੋਟ ਦਾ ਅਸਰ ਪਏਗਾ ਬੀਜੇਪੀ 'ਤੇ? ਜਵਾਨਾ ਸਾਹਿਬ ਗੱਲ ਇੱਕ ਤਾਂ ਇਹ ਹੈਗੀ ਹੈ ਕਿ ਇਹ ਲੋਕਾਂ ਦਾ ਆਮ ਜਿਹੜੇ ਆ ਨਾ ਬੰਦੇ ਜਿਹਨੂੰ ਜਥੇਬੰਦੀ ਦਾ ਸਟਰਕਚਰ ਨਹੀਂ ਪਤਾ, ਜਥੇਬੰਦੀਆਂ 'ਚ ਫੈਸਲੇ ਲੈਣ ਦਾ ਪ੍ਰੋਸੈਸ ਨਹੀਂ ਪਤਾ, ਡੱਲੇਵਾਲ ਸਾਹਿਬ ਨੂੰ ਪਤਾ, ਪੰਧੇਰ ਉਹਨਾਂ ਨੂੰ ਪਤਾ, ਹੈ ਜੀ ਮਨਜੀਤ ਰਾਏ ਨੂੰ ਪਤਾ ਵੀ ਜਥੇਬੰਦੀਆਂ 'ਚ ਕਿਵੇਂ ਫੈਸਲੇ ਹੁੰਦੇ ਆ ਅਤੇ ਕੀ ਆ ਅਤੇ ਇਕੱਠੇ ਹੋ ਕੇ ਕਿਵੇਂ ਫੈਸਲੇ ਹੁੰਦੇ ਆ। ਅਤੇ ਉਹ ਜਿਹੜਾ ਕਹਿਣਾ ਨਾ ਵੀ ਹਾਂ ਜੀ ਉਹ ਹੁਣ ਇੱਥੇ ਆ ਗਏ ਅਤੇ ਉਹ ਇੱਥੇ ਨਹੀਂ ਆ ਰਹੇ, ਉਹ ਉਹਨਾਂ ਨੇ ਪਹਿਲਾਂ ਹੀ ਨਹੀਂ ਫੈਸਲਾ ਕਰਿਆ ਵੀ ਅਸੀਂ ਇੱਥੇ ਆਉਣਾ। ਉਹਨਾਂ ਨੇ ਦੇਖੋ ਕਿਸਾਨ ਜਿਹੜਾ SKM ਹੈ ਉਹਨਾਂ ਨੇ ਪਹਿਲਾਂ ਬੜੇ ਮੰਗ ਪੱਤਰ ਦਿੱਤੇ, ਜਿਹੜੇ DC ਦਫ਼ਤਰਾਂ ਦੇ ਉੱਤੇ ਬਹੁਤ ਵਾਰੀ ਧਰਨੇ ਹੋਏ, ਮੈਂ ਵੀ ਉਹਨਾਂ ਦੇ ਵਿੱਚ ਸ਼ਾਮਿਲ ਹੁੰਦਾ ਰਿਹਾ, ਜਿਹੜੇ ਧਰਨੇ ਲੱਗੇ DC ਦਫ਼ਤਰਾਂ 'ਤੇ ਲੱਗੇ, ਜ਼ਿਲ੍ਹਾ ਪੱਧਰ 'ਤੇ ਲੱਗੇ, ਫਿਰ ਉਹਨਾਂ ਰਾਮਲੀਲਾ ਗਰਾਊਂਡ 'ਚ ਵੀ ਇੱਕ ਕੀਤੀ ਸੀਗੀ ਰੈਲੀ ਕਾਫੀ ਵੱਡੀ, ਉੱਥੋਂ ਵੀ ਦਿੱਤਾ। ਇਹ ਪੱਕੀ ਗੱਲ ਹੈ ਕਿ ਮੋਦੀ ਜਿਹੜਾ ਗਵਰਨਮੈਂਟ ਹੈ ਉਹ ਨੇ ਇਹ ਮੰਗਾਂ ਨਾ ਮੰਨੀਆਂ ਕਿ ਚਿੱਠੀ ਦੇ ਕੇ, ਸਭ ਤੋਂ ਵੱਡੀ ਮਹਿਮਾਨ ਸਰਕਾਰ ਇਹ ਹੈ ਤੇ ਇਸ ਲਈ ਪਹਿਲਾ ਅਟੈਕ ਮੋਦੀ ਗਵਰਨਮੈਂਟ ਤੇ ਹੋਣਾ ਚਾਹੀਦਾ ਜਿਹੜਾ ਹੈ, ਮਤਲਬ ਚੁੱਕ ਰਹੇ ਜੀ ਤੇ ਮੋਦੀ ਸਰਕਾਰ ਹੀ ਜ਼ਿੰਮੇਵਾਰ ਹੈ ਨਾ ਸਾਰੇ ਕਾਸੇ ਦੀ, ਦੂਜੀਆਂ ਜਥੇਬੰਦੀਆਂ ਜਾਂ ਇਹ ਜਥੇਬੰਦੀਆਂ ਦਾ ਹੋਈਆਂ ਨੀ। ਇਸ ਲਈ ਜਿਹੜਾ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਨਾ ਕਿ ਆਹ ਜਥੇਬੰਦੀਆਂ ਵਰਸਸ ਆ ਉਹ ਜਥੇਬੰਦੀਆਂ, ਇਹਦਾ ਮੋਦੀ ਨੂੰ ਫਾਇਦਾ ਹੋ ਰਿਹਾ, ਇਹਦਾ ਇਹ ਵਰਤਾਂਤ ਸਾਨੂੰ ਨਹੀਂ ਸਿਰਜਣਾ ਚਾਹੀਦਾ ਜੀ। ਇਹ ਸੱਜਣ ਦਾ ਭਾਈ ਮੋਦੀ ਇਹਦੇ ਲਈ ਜ਼ਿੰਮੇਵਾਰ ਆ, ਚਾਹੇ ਉਹ SKM ਜਿਹੜੇ ਐਕਸ਼ਨ ਕਰ ਰਿਹਾ ਉਹ ਜਾਂ ਇਹਨਾਂ ਨੇ ਜਿਹੜਾ ਐਕਸ਼ਨ ਕੀਤਾ ਉਹਦੇ ਲਈ ਮੋਦੀ ਜ਼ਿੰਮੇਵਾਰ ਹੈ। ਤੇ ਇਸ ਲਈ ਜਿਹੜਾ ਉਹਨਾਂ ਨੇ ਵੀ SKM ਨੇ ਵੀ ਰੱਖਿਆ ਉਹ ਮੋਦੀ ਸਰਕਾਰ ਦੇ ਖਿਲਾਫ ਹੀ 14 ਨੂੰ ਹੋ ਰਹੀ ਹੈ ਨਾ ਰੈਲੀ ਦਿੱਲੀ 'ਚ ਹੋ ਰਹੀ ਹੈ, ਤੇ ਗਵਰਨਮੈਂਟ ਕਿਹਦੀ ਆ, ਮੋਦੀ ਸਰਕਾਰ ਦੇ ਖਿਲਾਫ ਹੋ ਰਹੀ ਹੈ। ਤੇ ਜਿਹੜੀਆਂ ਜਥੇਬੰਦੀਆਂ ਪੈਨ ਇੰਡੀਆ ਹੈਗੀਆਂ ਸਾਰੇ ਸਟੇਟਾਂ 'ਚ ਹੈਗੀਆਂ ਉਹਦਾ ਹਿੱਸਾ ਨੇ, ਉਹਦੇ 'ਚ ਆ ਰਹੀਆਂ ਨੇ। ਜਿਹੜੀ ਡੱਲੇਵਾਲ ਸਾਹਿਬ ਦੀ ਜਥੇਬੰਦੀ ਜਾਂ ਭਦੇਰ ਸਾਹਿਬ ਦੀ ਜਥੇਬੰਦੀ ਉਹ ਤਾਂ ਜ਼ਿਆਦਾਤਰ ਪੰਜਾਬ 'ਚ ਹੈ ਨਾ, ਹੋਰ ਕਿਸੇ ਸਟੇਟ ਤਾਂ ਹੈ ਨੀ ਉਹ ਜੀ। ਤੇ ਉਹ ਜਿਹੜਾ ਇੱਕ ਦਿੱਲੀ ਦਾ ਤੁਸੀਂ ਨਾਰਾ ਦੇ ਰਹੇ ਹੋ ਉਹ ਕਿੱਥੋਂ ਆਉਣਾ, ਹੋਰ ਕਿਹੜੀਆਂ ਸਟੇਟਾਂ? ਜੇ ਤੁਸੀਂ ਆਪਾਂ ਕਰਦੇ ਆ ਆਪਣਾ ਟਕੈਤ ਸਾਹਿਬ ਦੀ, ਉਹ ਵੀ SKM ਦਾ ਵਿੱਚ ਪਾਰਟ ਹਿੱਸਾ ਨੇ, ਉਹ ਵੀ ਉਹਦੇ ਵਿੱਚ ਹੈ, ਉਹ ਵੀ ਕਹਿ ਰਹੇ ਹਾਂ ਨਾ। ਸੋ ਦਿੱਲੀ ਜਾਣ ਦਾ ਜਿਹੜਾ ਮਤਲਬ ਹੁਣ ਜਦੋਂ ਇਲੈਕਸ਼ਨਾਂ ਬਿਲਕੁਲ ਨੇੜੇ ਸੀਗੀਆਂ ਕਿ ਇੱਕ ਮਹੀਨਾ ਇਲੈਕਸ਼ਨਾਂ 'ਚ ਰਹਿ ਗਿਆ, ਉਦੋਂ ਇਹ ਫੈਸਲਾ ਕਰਨਾ ਕਿ ਵੀ ਆਪਾਂ ਦਿੱਲੀ ਕੂਚ ਕਰਨਾ, ਤੇ ਜਿਹੜਾ ਵੀ ਸਿਆਣਾ ਹੋਊਗਾ ਉਹ ਦੇਖੂਗਾ ਵੀ ਸਰਕਾਰ ਅੱਗੇ ਤਾਂ ਚੋਣਾਂ ਹੋਣ ਜਾ ਰਹੀਆਂ, ਇਹ ਸਰਕਾਰ ਜਾਣ ਲੱਗੀ ਵੀ ਕੀ ਅਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਮੋਦੀ ਸਰਕਾਰ ਤੇ ਇਹ ਪ੍ਰੈਸ਼ਰ ਬਣਾ ਲਾਂਗੇ ਕਿ MSP ਦਾ ਉਹ ਕਾਨੂੰਨ ਪਾਸ ਕਰ ਦੇਣਗੇ ਜੀ? ਮੈਨੂੰ ਤਾਂ ਨਹੀਂ ਲੱਗਦਾ। ਪਹਿਲੀ ਗੱਲ ਤਾਂ ਇਹੀ ਸਮਝ ਹੈ ਨਾ ਸਾਡੀ ਵੀ ਹਾਂ ਜੀ, ਜੇ ਉਹ ਨਹੀਂ ਹੋਊਗਾ ਫਿਰ ਇਲੈਕਸ਼ਨਾਂ ਤੋਂ ਬਾਅਦ ਜਿਹੜੀ ਸਰਕਾਰ ਉਹ ਤਾਂ ਲੰਮੀ ਲੜਾਈ ਹੈ। ਮੈਂ ਤਾਂ ਹੁਣ ਵੀ ਕਹਿਣਾ ਕਿ ਜੇ ਨਵੀਂ ਸਰਕਾਰ ਵੀ ਆ ਗਈ ਫਿਰ ਵੀ ਇਹ ਲੰਮੀ ਲੜਾਈ ਹੈ, ਕਿਉਂਕਿ WTO ਨਾਲ ਜੁੜੀ ਹੋਈ ਹੈ।
ਇਸ ਕਰਕੇ ਮੋਦੀ ਸਰਕਾਰ ਜਿਹੜੀ ਹੈ ਇਹ ਕਾਊਂਟਰ ਐਲੀਗੇਸ਼ਨ ਲਾਉਣਾ ਉਹ ਸਰਕਾਰ ਨੂੰ ਬੈਨੀਫਿਟ ਕਰ ਰਿਹਾ, ਐਲੀਗੇਸ਼ਨ ਕਾਊਂਟਰ ਐਲੀਗੇਸ਼ਨ ਜਿਹੜੀ ਸਰਕਾਰ ਕਿਸਾਨਾਂ ਦੇ ਵਿਰੋਧੀ ਹੈ, ਜਿਹਦੇ ਕਰਕੇ ਐਲੀਗੇਸ਼ਨ ਹੋ ਰਹੀ ਹੈ। ਸੋ ਉਹਨੂੰ ਫੋਕਸ ਦੇ ਵਿੱਚ ਲਿਆਉਣਾ ਚਾਹੀਦਾ, ਕੇਂਦਰ ਉਹ ਹੋਣਾ ਚਾਹੀਦਾ ਤੇ ਕੇਂਦਰ ਅਸੀਂ ਕੁਛ ਹੋਰ ਬਣਾਈ ਜਾ ਰਹੇ ਹਾਂ, ਇਹ ਸਾਡੀ ਕਿਹੜੀ ਸਮਝਦਾਰੀ ਹੈ। ਸੋ ਇਹ ਜਿਹਨਾਂ ਨੇ ਫੈਸਲਾ ਕਰਿਆ ਉਹ ਆਪਣੇ ਰਸਤੇ ਚਲੇ ਜਾਣ, ਜਿਹਨਾਂ ਨੇ ਨਹੀਂ ਫੈਸਲਾ ਕਰਿਆ ਉਹ ਆਪਣੇ ਰਸਤੇ ਚਲੇ ਜਾਣ, ਅਸੀਂ ਕਿਉਂ ਕਹੀਏ ਵੀ ਤੂੰ ਆ ਬਈ, ਹੈਨਾ। ਸੋ ਸਾਨੂੰ ਇਹ ਸਵਾਲ ਜਿਹੜਾ ਨਾ ਪੋਲੀਟੀਕਲੀ ਵੀ ਤੇ ਜਥੇਬੰਦਕ ਤੌਰ ਤੇ ਵੀ ਇਸ ਤਰ੍ਹਾਂ ਦਾ ਨਹੀਂ ਕਰਨਾ, ਜਿਹਦੇ ਵੀ SKM ਹੁਣ ਨਹੀਂ ਜੀ ਆ ਰਿਹਾ ਕਿਉਂਕਿ ਅਸੀਂ ਤਾਂ ਆ ਗਏ। ਸੋ ਇਸ ਲਈ ਮਤਲਬ ਜੇ ਅਸੀਂ ਆ ਗਏ ਤਾਂ ਇਹ ਸਾਡਾ ਫੈਸਲਾ ਸੀਗਾ, ਅਸੀਂ ਇਹਨੂੰ ਅੱਗੇ ਤੋਰੀਏ, ਜਿਹੜਾ SKM ਨੇ ਫੈਸਲਾ ਲਿਆ ਉਹ ਆਪਣੇ ਤੌਰ ਤੇ ਅੱਗੇ ਤੋਰਨ। ਹਾਂ, ਕੇਂਦਰ ਦੇ ਮੋਦੀ ਸਰਕਾਰ ਦੇ ਖਿਲਾਫ ਜਾਣਾ ਚਾਹੀਦਾ, ਜਿਹਨਾਂ ਕਰਕੇ ਇਹ ਮਸਲੇ ਹੱਲ ਨਹੀਂ ਹੋ ਰਹੇ, ਜਿਹਨਾਂ ਕਰਕੇ ਇਹ ਸਾਰਾ ਕੁਝ ਫਸਿਆ ਜੀ, ਇਹ ਨਾ ਕਰੇ। ਦੂਜੀ ਗੱਲ ਇਹ ਹੈ ਕਿ ਜਿਹੜੀ ਤੁਸੀਂ ਕਹਿੰਦੇ ਹੋ ਵੋਟਾਂ ਤੇ ਅਸਰ ਹੋਊਗਾ, ਜਿੰਨਾ ਮੋਬਿਲਾਈਜੇਸ਼ਨ ਹੋ ਰਹੀ ਆ ਤੇ ਇਲੈਕਸ਼ਨਾਂ ਦੇ ਦੌਰਾਨ ਜਿੰਨੀਆਂ ਕਿਸਾਨ ਮਤਲਬ ਵਿਰੋਧੀ ਚਿਹਰਾ ਮੋਦੀ ਸਰਕਾਰ ਦਾ ਹੈਗਾ, ਜਾਂ ਜਿਹੜਾ ਚਿੱਠੀ ਦਿੱਤੀ ਸੀਗੀ ਉਹਨੇ, ਉਹ ਸਾਰੀਆਂ ਚਿੱਠੀ ਦੇ ਵਿੱਚ ਕਿਸੇ ਨੇ ਕੇਸ ਲੈਣ ਤੋਂ ਉਹਦਾ ਕੋਈ ਰੋਕਿਆ ਨੀ, ਉਹ WTO ਨੀ ਕਹਿੰਦਾ ਵੀ ਤੁਸੀਂ ਕੇਸ ਵਾਪਸ ਨਾ ਲਓ ਜਿਹੜੇ ਕਿਸਾਨਾਂ ਤੇ ਬਣਾਏ। ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਨੂੰ ਮੁਆਵਜ਼ਾ ਦੇਣਾ ਸੀਗਾ, ਉਹ ਕਿਸੇ ਨੇ ਨੀ ਰੋਕਿਆ, ਉਹ WTO ਕੁਛ ਨੀ ਕਹਿੰਦਾ। ਜਿਹੜੇ ਲਖੀਮਪੁਰ ਖੇਰੀ ਵਾਲਾ ਉਹ ਕੋਈ ਮਸਲਾ ਨੀ, ਹੈਂਜੀ, ਬਿਜਲੀ ਬਿੱਲ ਵਾਲਾ ਕੋਈ ਮਸਲਾ ਨੀ। ਜੇ ਮਸਲੇ ਨੀ ਫਿਰ ਇਹਦੇ ਤੇ ਸਰਕਾਰ ਨੇ ਕਿਉਂ ਨੀ ਕੁਛ ਕਰਿਆ, ਹੈਨਾ। MSP ਤੇ ਤਾਂ ਕਰੇ ਕੁਛ ਨੀ ਨਾ, ਕਿ ਮੀਟਿੰਗ ਵੀ ਨੀ ਹੋਈ ਜਿਹੜੀ ਕਮੇਟੀ ਬਣਾਈ। ਸੋ ਮੁੱਖ ਦੋਸ਼ੀ ਜਿਹੜੇ ਆ ਉਹ ਕੇਂਦਰ ਦੀ ਸਰਕਾਰ ਹੈ ਜੀ, ਉਹ ਹੁਣ ਵੀ ਮਿਸਗਾਈਡ ਕਰ ਰਹੀ ਹੈ ਕਿਸਾਨਾਂ ਨੂੰ ਕਿ ਹਾਂ ਜੀ ਕਦੇ ਕਦੇ ਐਗਰੀਮੈਂਟ ਕਰਾ ਦਿੰਦੇ ਹਾਂ, ਕਦੇ ਇਹ ਹੋ ਜੂਗਾ। ਜਿਹੜੀਆਂ ਗੱਲਾਂ ਮੰਨੀਆਂ ਮੈਂ ਆ, ਜਿੰਨੀ ਦੇਰ ਦੀ ਉਹਨਾਂ ਦੀ ਮੀਟਿੰਗ ਚੱਲਦੀ ਆ ਉਹ ਬਾਕੀ ਦੀਆਂ ਤਾਂ ਕਰ ਦਿੰਦੇ, ਕਹਿ ਦਿੰਦੇ ਆ ਦੋ ਮੁੱਦੇ ਰਹਿ ਗਏ ਬਾਕੀ ਅਸੀਂ ਕਰਤਾ ਜੀ, ਹਾਂ ਉਹਨਾਂ ਨੇ ਤਾਂ ਉਹ ਵੀ ਨੀ ਕਰਿਆ ਨਾ, ਹਾਲੇ ਤੱਕ ਤਾਂ ਕੇਸ ਵੀ ਵਾਪਸ ਨੀ ਹੋਏ ਜੀ, ਹਾਲੇ ਤੱਕ ਮੁਆਵਜ਼ਾ ਜਿਹੜੇ ਸ਼ਹੀਦ ਹੋਏ ਉਹਨਾਂ ਵੀ ਨਹੀਂ ਹੋਇਆ, ਬਿਜਲੀ ਬਿੱਲ ਦਾ ਵੀ ਕੁਛ ਨੀ ਹੋਇਆ, ਉਹਦੇ ਤੇ ਕੁਛ ਨੀ ਕਰਿਆ। ਸੋ ਇਸ ਲਈ ਉਹ ਇਕੱਠੇ ਹੋ ਕੇ ਕੋਈ ਬਾਜੀ ਸਾਰ ਕਰਨ ਦਾ ਲੱਗਦਾ, ਤੇ ਜਾਂ ਫਿਰ ਅਗਲੀ ਸਰਕਾਰ ਬਣਨ ਤੱਕ ਇਸੇ ਤਰ੍ਹਾਂ ਮੋਰਚਾ ਮੱਠੀ ਰਫਤਾਰ ਚੱਲਦਾ ਰਹੇਗਾ। ਦੇਖੋ ਇਹ ਜਿਹੜਾ ਦਿੱਲੀ ਕੂਚ ਵਾਲਾ ਫੈਸਲਾ ਸੀ ਨਾ, ਇਹ ਇਮੈਚਿਓਰ ਫੈਸਲਾ ਸੀਗਾ, ਉਹਦੇ ਚ ਆ ਕੇ ਅਸੀਂ ਫਸ ਗਏ, ਪਿੱਛੇ ਜਾ ਨੀ ਸਕਦੇ, ਅੱਗੇ ਚੱਲ ਨੀ ਸਕਦਾ। ਹੁਣ ਇਹਨੂੰ ਕਿੱਥੋਂ ਤੱਕ ਲਿਜਾ ਸਕਦੇ, ਲੀਡਰਸ਼ਿਪ ਜਿਹੜੀਆਂ ਜਥੇਬੰਦੀਆਂ ਨੇ ਉਹ ਦੱਸ ਸਕਦੇ ਆ, ਉਹਨਾਂ ਦਾ ਪ੍ਰੋਗਰਾਮ ਜਿਹੜਾ ਕਹਿੰਦੇ ਵੀ 6 ਤਰੀਕ ਨੂੰ ਦਿੱਲੀ ਕੂਚ ਕਰਾਂਗੇ, ਇਹ ਹੁਣ 6 ਤਰੀਕ ਨੂੰ ਦਿੱਲੀ ਕੂਚ ਦਾ ਪਤਾ ਲੱਗ ਜੂ, ਪਰ ਮੇਰੇ ਅੰਦਾਜ਼ਾ ਆ ਕਿ 6 ਤਰੀਕ ਨੂੰ ਵੀ ਦਿੱਲੀ ਕੂਚ ਹੋਣਾ ਨੀਗਾ, ਉਹ ਤੋਂ ਬਾਅਦ ਫਿਰ ਤੁਸੀਂ ਕਰੋਗੇ। ਇਸੇ ਲਈ ਉਹਨਾਂ ਨੇ 10 ਤਰੀਕ ਦਾ ਅਗਲਾ ਪ੍ਰੋਗਰਾਮ ਦੇ ਤਾ, 6 ਤਰੀਕ ਨੀ, ਇਸ ਲਈ ਅਗਲਾ ਦਿਨ ਰੇਲਾਂ ਰੋਕੋ, ਰੇਲਾਂ ਰੋਕੋ। ਇਸ ਕਰਕੇ ਚਾਹੀਦਾ ਇਹ ਹੈ ਕਿ ਜਿਹੜੀ ਸਰਕਾਰ ਨੇ ਕੀਤਾ ਨੀ, ਉਹਦੇ ਚ ਸਾਨੂੰ ਇੱਕ ਕਾਮਨ ਅੰਡਰਸਟੈਂਡਿੰਗ ਬਣਾਉਣੀ ਚਾਹੀਦੀ, ਭਾਈ ਠੀਕ ਹੈ ਅਸੀਂ ਆਪਣਾ ਇੱਥੇ ਬੈਠੇ ਹਾਂ। ਚੰਗੀ ਗੱਲ ਇਹ ਹੈ ਕਿ ਮੋਰਚਾ ਜਿਹੜਾ ਜੇ ਉਹ ਬਾਰਡਰਾਂ ਤੇ ਲੱਗਿਆ ਵਾ, ਉੱਥੇ ਹੀ ਮੋਰਚਾ ਪੱਕਾ ਕਰ ਲਓ, ਮੇਰੀ ਸੁਜੈਸ਼ਨ। ਜਿਹੜੀ ਸਰਕਾਰ ਇਲੈਕਸ਼ਨਾਂ ਹੋਣ ਦਿਓ, ਉਹ ਸਰਕਾਰ ਜਿਹੜੀ ਮੋਦੀ ਸਰਕਾਰ ਉਹਦੇ ਖਿਲਾਫ ਤੁਸੀਂ ਕਰੋ, ਕਿਉਂਕਿ ਉਹ ਦੋਸ਼ੀ ਆ, ਉਹ ਮੁੱਖ ਜ਼ਿੰਮੇਵਾਰ ਹੈ, ਤੇ ਉੱਥੇ ਮੋਰਚਾ ਲਾ ਕੇ ਤੁਸੀਂ ਉਹਦੇ ਖਿਲਾਫ ਕਰੋ ਜੋ ਕੁਛ ਕਰਨਾ।
ਤੇ ਜਦੋਂ ਸਰਕਾਰ ਇਲੈਕਸ਼ਨਾਂ ਹੋ ਜਾਣਗੀਆਂ ਸਾਰਾ ਕੁਛ ਹੋ ਜਾਊਗਾ, ਉਹ ਤੋਂ ਬਾਅਦ ਫਿਰ ਲੰਮੀ ਲੜਾਈ ਲੱਗ ਲਿਓ, ਫਿਰ ਬਾਕੀ ਫਿਰ ਸਮਝੌਤਾ ਕੋਈ ਕਾਮਨ ਅੰਡਰਸਟੈਂਡਿੰਗ ਬਣਾ ਲਿਓ SKM ਨਾਲ। ਮੇਰੀ ਇਹ ਹੈ ਕਿ ਕੋਈ ਕਾਮਨ ਅੰਡਰਸਟੈਂਡਿੰਗ ਬਣਨੀ ਚਾਹੀਦੀ ਹੈ ਜਿਹੜੀ ਠੀਕ ਪ੍ਰੈਕਟੀਕਲੀ ਤੇ ਇਸ ਸਮੇਂ ਨੂੰ ਹਾਂਜੀ ਸਮਾਂ ਸਥਾਨ ਤੇ ਵਸਤੂ ਨੂੰ ਦੇਖ ਕੇ ਬਣਾਈ ਜਾਂਦੀ ਸਟ੍ਰੈਟੇਜੀ, ਉਹਦੇ ਹਿਸਾਬ ਨਾਲ ਉਹ ਠੀਕ ਹੋਵੇ ਜੀ ਡਾਕਟਰ ਸਾਹਿਬ, ਕਿ ਇਹ ਚੋਂ ਆਪਾਂ ਕਿਵੇਂ ਜਿਹੜਾ ਨਾ ਅੱਗੇ ਵਧਣਾ। ਮੁੱਦਾ ਹੈਗਾ, ਮੁੱਦੇ ਨੇ ਚੱਲਣਾ, ਮੁੱਦਾ ਜੇ ਐਜੀਟੇਸ਼ਨ ਕੁਛ ਵੀ ਹੋਵੇ ਉਹਨੇ ਮਰਨਾ ਤਾਂ ਹੈ ਨੀ, ਮੁੱਦਾ ਤਾਂ ਕਿਸਾਨਾਂ ਦਾ ਜਥੇਬੰਦੀਆਂ ਨਾਲੋਂ ਵੀ ਲੋਕਾਂ ਦਾ ਆਮ ਕਿਸਾਨਾਂ ਦਾ ਮੁੱਦਾ ਮੁੱਦਾ ਰਹਿਣਾ। ਇੱਕ ਜਥੇਬੰਦੀ ਨੇ ਚੱਕਣਾ ਦੂਜੀ ਬਣੂਗੀ, ਦੂਜੀ ਨੀ ਤੀਜੀ ਬਣੂਗੀ, ਜਥੇਬੰਦੀਆਂ ਹੈਗੀਆਂ ਇਹਨਾਂ ਨੇ ਮੁੱਦਾ ਚੱਕਣਾ, ਮੁੱਦੇ ਤੇ ਲੜਨਾ ਵੀ ਹੈ। ਤੇ ਸਰਕਾਰਾਂ ਦੇ ਖਿਲਾਫ਼ ਚਾਹੇ ਮੋਦੀ ਹੋਵੇ ਚਾਹੇ ਜੇ ਅਗਲਾ ਨਹੀਂ ਕਰੂਗਾ ਕੋਈ ਹੋਰ ਉਹਦੇ ਤੇ ਹੋਵੇ, ਪਰ ਅੱਜ ਦੀ ਤਰੀਕ ਚ ਤਾਂ ਮੋਦੀ ਹੀ ਜ਼ਿੰਮੇਵਾਰ ਆ, ਉਹਦੇ ਖਿਲਾਫ਼ ਤਾਂ ਮੁੱਦਾ ਚੱਕਣਾ ਹੀ ਅਗਲਿਆਂ ਨੇ ਕਿਸਾਨਾਂ ਨੇ। ਬਿਲਕੁਲ ਮੁੱਦੇ ਤੇ ਫੋਕਸ ਤੇ ਸਰਕਾਰ ਦੇ ਉੱਤੇ ਫੋਕਸ ਹੋਣਾ ਚਾਹੀਦਾ, ਤੇ ਕਿਸਾਨਾਂ ਦੀ ਯੂਨਿਟੀ ਜਿੰਨੀ ਹੋ ਸਕੇ ਉਹ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਥੇਬੰਦੀਆਂ। ਜੀ ਡਾਕਟਰ ਸਾਹਿਬ, ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀ ਤਫਸੀਲ ਚ ਸਾਰੀ ਸੀਨ ਸਨੈਰੀ ਤੇ ਸਾਂਝ ਪਾਈ ਹੈ। ਬਹੁਤ ਬਹੁਤ ਧੰਨਵਾਦ ਡਾਕਟਰ ਬਲਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਮਿਹਰਬਾਨੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਡਾਕਟਰ ਬਲਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕਨੋਮਿਕਸ ਵਿਭਾਗ ਤੋਂ ਸਾਬਕਾ ਸੇਵਾ ਮੁਕਤ ਵੱਖ ਵੱਖ ਅਹੁਦਿਆਂ ਤੋਂ, ਅਤੇ ਆਪਣੇ ਨਾਲ ਜੁੜੇ ਸਨ। ਅਤੇ ਜਿਸ ਤਰ੍ਹਾਂ ਦੀ ਸਥਿਤੀ ਹੈ ਕਿ ਦੇਖੋ, ਇੱਕਜੁੱਟਤਾ ਦੇ ਕੋਈ ਆਸਾਰ ਨਹੀਂ ਨਜ਼ਰ ਆਉਂਦੇ, ਪਰ ਆਪਣੇ ਆਪਣੇ ਤੌਰ 'ਤੇ ਮੋਰਚਾ ਚੱਲਦਾ ਜਾਏਗਾ, ਸ਼ਾਇਦ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੀ ਮੁਖਾਲਫਤ ਦਾ ਦੌਰ ਚੱਲਦਾ ਰਹੇਗਾ। ਸੋ ਟਿਵਾਣਾ ਰੇਡੀਓ ਦੇ ਪ੍ਰੋਗਰਾਮਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਅਤੇ ਸ਼ਾਮੀ 7:30 ਤੋਂ 9:30 ਤੁਸੀਂ ਲਾਈਵ ਸੁਣਦੇ ਹੋ। ਆਪਾਂ ਆਪਣੀ ਆਈਫੋਨ ਅਤੇ ਨੈੱਟ ਐਪਸ 'ਤੇ ਅੱਜ ਕੱਲ੍ਹ ਲਾਈਵ ਨਹੀਂ ਹਾਂ, ਨਾ ਵੈਬਸਾਈਟ 'ਤੇ ਹਾਂ, ਨਾ ਫੇਸਬੁੱਕ 'ਤੇ ਹਾਂ, ਸਿਰਫ ਅਤੇ ਸਿਰਫ ਯੂਟਿਊਬ ਦੇ ਉੱਤੇ ਆਪਾਂ ਲਾਈਵ ਹਾਂ। ਸੋ ਇਸ ਯੂਟਿਊਬ ਦਾ ਪ੍ਰੋਗਰਾਮ ਦਾ ਲਿੰਕ ਤੁਸੀਂ ਆਪਣੇ ਵਟਸਐਪ ਗਰੁੱਪ ਨੰਬਰ 9800780956 'ਤੇ ਮੰਗਵਾ ਸਕਦੇ ਹੋ। ਇਸੇ ਨੰਬਰ 9876309655 'ਤੇ ਪ੍ਰੋਗਰਾਮ 'ਚ ਵੀ ਕਾਲ ਕਰ ਸਕਦੇ ਹੋ। ਸੋ ਇਹੀ ਮੇਰਾ ਸੰਪਰਕ ਨੰਬਰ ਹੈ। ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਦੇਵਾ ਗਿਆ ਧੰਨਵਾਦ, ਸਤਿ ਸ਼੍ਰੀ ਅਕਾਲ, ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।